हर सनिचर वार एक स्पैशल प्रोग्राम लियान की कोशिश की जाती है। तो आज जो प्रोग्राम है सतसंग जी, ये है गुरबाणी दे विच आपां जिस वेले पाठ करते हैं, सहज पाठ करते हैं, तो उहदे च असीं देखते हैं कि पंजवें पातशाह जी ने जिस वेले एडिट की है तो उन्होंने असां जग्यासुआं की अगवाई ले हरेक शब्द के उपर मैला और हरेक राग दे उत्ते राग या मूल मंत्र जो भी चीज़ा सारिया सारिया दित्तियां ने। और असीं देखते हैं कि गुरबाणी दे विच वख वख जिहड़ियां ये कैटेगरीज ने, जिवें दोहरा है, अष्टपदियां हन, श्लोक हन, बारहमाह हन, सतवारे हन, दिन रहन, बहुत सारिया जिहड़ियां वनगियां ने। उत्थे एक वनगी है पड़ताल। तो जिस वेले असीं पाठ करते हैं, सहज पाठ करते हैं, तो उस वेले उपर लफ़ज़ जिथे कुछ शब्दों उत्ते पड़ताल आउंदा ते उहदा सानू पता होवे, तो उह इह पड़ताल की है इहदे बारे डिटेल्ड इहदा जिहड़ा संगीतक पक्ष है ਉਹ ਸਾਡੇ ਨਾਲ ਜੁੜੇ ਨੇ ਸਰ ਸੁਰਜੀਤ ਸਿੰਘ ਜੀ, ਉਹ ਦੱਸਣਗੇ। ਇਹ ਪਹਿਲਾਂ ਵੀ ਕੁਝ ਵਾਰੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸੰਗੀਤਕ ਪੱਖ ਦੀਆਂ ਬੜੀਆਂ ਅੱਛੀਆਂ ਗੱਲਾਂ ਸਾਨੂੰ ਪਹਿਲੇ ਵੀ ਦੱਸੀਆਂ ਜਿਹੜੀਆਂ ਸਾਡੇ ਲਈ ਨਵੀਂ। ਤੋ ਅੱਜ ਵੀ ਇਹਦੇ ਬਾਰੇ ਚਾਨਣਾ ਪਾਉਣਗੇ ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਸਿੱਖ ਪਿਛਲੀ ਕਾਲਜ ਦੇ ਤੋਂ ਹੀ ਇਹਨਾਂ ਨੇ ਵਿੱਦਿਆ ਪ੍ਰਾਪਤ ਕਰਕੇ ਅੱਜ ਇਸ ਮੁਕਾਮ 'ਤੇ ਪਹੁੰਚੇ ਨੇ ਕਿ ਸਤਿਗੁਰਾਂ ਨੇ ਬਹੁਤ ਕਿਰਪਾ ਕੀਤੀ ਹੈ ਔਰ ਇਸ ਆਪਣੇ ਉਹਦੇ ਸਬਜੈਕਟ ਉਹਨਾਂ ਦੀ ਬੜੀ ਮੁਹਾਰਤ ਹੈ। ਤੋ ਅੱਜ ਕੱਲ੍ਹ ਉਹ ਇਹ ਚੰਡੀਗੜ੍ਹ ਤੋਂ ਇੱਥੇ ਮਿਸ਼ੀਗਨ ਆਏ ਹੋਏ ਨੇ ਅਤੇ ਸਾਡੇ ਨਾਲ ਜੁੜ ਗਏ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਬਈ ਗੁਰਬਾਣੀ ਸੰਗੀਤ ਵਿੱਚ ਪੜਤਾਲ ਗਾਇਨ ਸ਼ੈਲੀ ਜਿਹੜੀ ਸਾਡੇ ਸਾਹਮਣੇ ਦਾ ਸਬਜੈਕਟ ਆ ਰਿਹਾ ਹੈ ਸਕਰੀਨ 'ਤੇ, ਇਹਦੇ ਬਾਰੇ ਅੱਜ ਦਾ ਸਾਡੇ ਨਾਲ ਵਿਚਾਰ ਸਾਂਝਾ ਕਰਨਗੇ ਜੀ ਵੀਰ ਸੁਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰਿਆਂ ਨੂੰ ਜੀ ਆਇਆਂ ਨੂੰ ਜੀ, ਇਸ ਨਿਵੇਕਲੀ ਜਿਹੜੀ ਗਾਇਨ ਸ਼ੈਲੀ ਦੀ ਸਾਂਝ ਦੀ ਕਲਾਸ ਦੇ ਵਿੱਚ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਕਲਾਸ ਆਰੰਭ ਕਰਨ ਤੋਂ ਪਹਿਲਾਂ ਆਓ ਜੀ ਆਪਾਂ ਮੂਲ ਮੰਤਰ ਦੇ ਜਾਪ ਨਾਲ ਆਰੰਭ ਕਰਦੇ ਹਾਂ। ਸਰਵਨ ਕਰੋ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੋ ਅੱਜ ਦਾ ਜਿਹੜਾ ਟੌਪਿਕ ਹੈ ਸਾਡੇ ਜੀ, ਗੁਰਬਾਣੀ ਸੰਗੀਤ ਵਿੱਚ ਪੜਤਾਲ ਗਾਇਨ ਸ਼ੈਲੀ। ਗੁਰਬਾਣੀ ਸੰਗੀਤ ਦਾ ਬੜਾ ਹੀ ਕਹਿ ਸਕਦੇ ਹਾਂ ਕਿ ਖਜ਼ਾਨੇ ਭਰਪੂਰ ਜਿਹੜੀ ਗਾਇਨ ਸ਼ੈਲੀ ਹੈਗੀ ਹੈ ਉਹ ਹੈ ਇੱਕ ਪੜਤਾਲ ਗਾਇਨ ਸ਼ੈਲੀ। ਪੜਤਾਲ ਦੇ ਆਪਾਂ ਥੋੜ੍ਹੇ ਜਿਹੇ ਮੀਨਿੰਗ ਦੇਖਦੇ ਹਾਂ ਕਿ ਆਮ ਸ਼ਬਦਾਂ ਦੇ ਵਿੱਚ ਕਿਸ ਤਰ੍ਹਾਂ ਇਹਨੂੰ ਆਪਾਂ ਸੁਣਦੇ ਹਾਂ, ਸਾਡੇ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਕਿਵੇਂ ਇਹਦੀ ਵਰਤੋਂ ਹੁੰਦੀ ਹੈ। ਸੋ ਪੜਤਾਲ, ਪਟਤਾਲ, ਪਟਤਾਲ ਤੋਂ ਭਾਵ ਪੁੱਟਣਾ, ਕਿਸੇ ਵੀ ਤਾਲ ਨੂੰ ਪੁੱਟਣਾ, ਜਾਂ ਪੰਜ ਤਾਲ ਜਾਂ ਪੰਚ ਤਾਲ ਵੀ ਕਹਿੰਦੇ ਕਈ, ਪਰਤ ਤਾਲ ਆਦਿ ਸੰਕੇਤਕ ਜਿੰਨੇ ਵੀ ਸ਼ਬਦ ਸਾਨੂੰ ਮਿਲਦੇ ਨੇ ਉਹਦਾ ਜਿੰਨੇ ਵਿਦਵਾਨ ਨੇ ਸੰਗੀਤ ਦੇ ਜਾਂ ਗੁਰਬਾਣੀ ਸੰਗੀਤ ਦੇ ਜਿੰਨੇ ਵਿਦਵਾਨ ਨੇ ਉਹ ਪੜਤਾਲ ਗਾਇਨ ਦੇ ਨਾਲ ਉਹਨੂੰ ਇਹਨਾਂ ਸ਼ਬਦਾਂ ਨੂੰ ਜੋੜਦੇ ਨੇ। ਦੂਸਰਾ ਜੀ, ਪੜਤਾਲ ਗਾਇਨ ਗੁਰਮਤਿ ਸੰਗੀਤ ਦੀ ਇੱਕ ਵਿਲੱਖਣ ਗਾਇਨ ਸ਼ੈਲੀ ਹੈ ਜਿਸਦਾ ਪ੍ਰਚਾਰ ਸਾਰੀ ਦੁਨੀਆਂ ਦੇ ਜਿੰਨੇ ਵੀ ਸੰਗੀਤ ਨੇ ਹੋਰ ਕਿਤੇ ਸਾਨੂੰ ਨਹੀਂ ਮਿਲਦਾ, ਕੇਵਲ ਤਾਂ ਕੇਵਲ ਸਾਨੂੰ ਸਾਡੇ ਗੁਰੂ ਘਰ ਦੇ ਚੌਥੇ ਨਾਨਕ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਨੂੰ ਇਹ ਵਿਲੱਖਣ ਗਾਇਨ ਸ਼ੈਲੀ ਦਿੱਤੀ। ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਪੜਤਾਲ ਦਾ ਕੀ ਅਰਥ ਹੈ? ਆਮ ਬੋਲਚਾਲ 'ਚ ਆਪਾਂ ਕਹਿੰਦੇ ਪੜਤਾਲ ਕਰਨੀ, ਕਿਸੇ ਚੀਜ਼ ਦੀ ਗੌਰ ਨਾਲ ਕਿਸੇ ਗੱਲ ਵੱਲ ਧਿਆਨ ਦੇਣਾ, ਭਲੀ ਭਾਂਤ ਜਾਂਚ ਕਰਨਾ ਜਾਂ ਗੌਰ ਨਾਲ ਕਿਸੇ ਚੀਜ਼ ਦੀ ਜਾਂਚ ਕਰਨਾ। ਆਮ ਬੋਲਚਾਲ ਦੀ ਭਾਸ਼ਾ 'ਚ ਆਪਾਂ ਪੜਤਾਲ ਮਤਲਬ ਕਿ ਜਾਂਚ ਪੜਤਾਲ ਕਰਨੀ, ਇਸ ਤਰ੍ਹਾਂ ਵੀ ਆਪਾਂ ਕਹਿੰਦੇ ਕਈ ਵਾਰ।
ਸੋ ਸਿੱਖ ਪਰੰਪਰਾ ਦੇ ਵਿਦਵਾਨਾਂ ਨੇ ਇਸ ਪੜਤਾਲ ਸ਼ਬਦ ਨੂੰ ਕਿਵੇਂ ਸਾਨੂੰ ਸਮਝਾਇਆ ਹੈ ਉਹਦੇ ਲਈ ਆਪਾਂ ਨੇ ਕੁਛ ਰੈਫਰੈਂਸਿਸ ਲਏ ਨੇ ਸੋ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਨੇ ਭਾਈ ਕਾਨ ਸਿੰਘ ਜੀ ਨਾਭਾ ਜਿਨ੍ਹਾਂ ਨੇ ਪੜਤਾਲ ਸ਼ਬਦ ਨੂੰ ਜਾਂਚ ਛਾਣਬੀਨ ਦੇਖਭਾਲ ਅਤੇ ਚਾਰ ਤਾਲ ਦੇ ਭੇਦ ਪੱਟਤਾਲ ਦੇ ਰੂਪ ਵਿੱਚ ਲਏ ਹਨ ਸੋ ਕੁਛ ਉਹਨਾਂ ਨੇ ਸ਼ਬਦ ਜਿਹੜੇ ਲਏ ਆਮ ਬੋਲਚਾਲ ਦੇ ਵਿੱਚ ਪਰ ਕੁਛ ਵਰਡ ਉਹਨਾਂ ਨੇ ਲਏ ਹੈ ਜਿਹਦਾ ਕਿ ਸੰਗੀਤਕ ਮਤਲਬ ਹੈ ਜਿਵੇਂ ਕਿ ਚਾਰ ਤਾਲ ਦੇ ਭੇਦ ਪੱਟਤਾਲ ਦੇ ਰੂਪ ਵਿੱਚ ਪੱਟਤਾਲ ਵਿੱਚ ਗਾਇਨ ਕੀਤੇ ਜਾਣ ਵਾਲੀਆਂ ਸ਼ਬਦ ਰੀਤਾਂ ਨੂੰ ਪੜਤਾਲ ਮੰਨਿਆ ਇਹਨਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਅਨੁਸਾਰ ਜਿੱਥੇ ਤਾਲ ਮੁੜ ਮੁੜ ਪਰਤਦਾ ਰਹੇ ਕਿ ਤਾਲ ਦਾ ਬਦਲਣਾ ਪੜਤਾਲ ਹੈ ਸੰਤ ਸਰਵਨ ਸਿੰਘ ਗੰਧਰਵ ਅਨੁਸਾਰ ਪੜਤਾਲ ਦਾ ਦੂਜਾ ਨਾਮ ਹੈ ਪੱਟਤਾਲ ਪੱਟ ਤੋਂ ਭਾਵ ਹੈ ਉਖੇੜਨਾ ਜਾਂ ਪੁੱਟਣਾ ਭਾਵ ਕਿ ਕਿਸੇ ਵੀ ਤਾਲ ਨੂੰ ਪੁੱਟ ਕੇ ਉਖਾੜ ਕੇ ਜਾਂ ਬਦਲ ਕੇ ਗਾਉਣ ਨੂੰ ਹੀ ਅਸੀਂ ਪੜਤਾਲ ਕਹਿੰਦੇ ਹਾਂ ਸਾਡੇ ਸੰਗੀਤ ਦੇ ਬੜੇ ਵਿਦਵਾਨ ਪ੍ਰੋਫੈਸਰ ਤਾਰਾ ਸਿੰਘ ਜੀ ਕਹਿੰਦੇ ਨੇ ਪੜਤਾਲ ਇੱਕ ਅਜਿਹੀ ਗਾਇਨ ਸ਼ੈਲੀ ਹੈ ਜਿਸ ਵਿੱਚ ਗਾਉਂਦਿਆਂ ਗਾਉਂਦਿਆਂ ਕਈ ਵਾਰ ਤਾਲ ਬਦਲਦਾ ਹੈ ਭਾਵ ਇੱਕ ਗੱਲ ਸਾਨੂੰ ਇੱਥੇ ਸਾਰੀਆਂ ਗੱਲਾਂ ਤੋਂ ਸਮਝ ਆ ਰਹੀ ਹੈ ਕਿ ਤਾਲ ਦਾ ਹਮੇਸ਼ਾ ਚੇਂਜ ਹੋਣਾ ਪੜਤਾਲ ਹੈ ਸੋ ਪੜਤਾਲ ਦਾ ਸ਼ਾਬਦਿਕ ਅਰਥ ਹੈ ਪਰਤ ਤਾਲ ਤਾਲ ਦਾ ਮੁੜ ਮੁੜ ਕੇ ਪਰਤਣਾ ਭਾਵ ਜਿਸ ਸ਼ਬਦ ਰੀਤ ਵਿੱਚ ਤੁਕ ਤੇ ਤਾਲ ਬਦਲਦਾ ਰਹੇ ਇੱਥੇ ਤੁਕ ਤੋਂ ਭਾਵ ਹੈ ਅੰਤਰੇ ਅੰਤਰਿਆਂ ਦੇ ਵਿੱਚ ਤਾਲ ਬਦਲਦਾ ਰਹੇ ਸਾਨੂੰ ਇੱਥੇ ਪਤਾ ਵੀ ਹੋਣਾ ਚਾਹੀਦਾ ਕਿ ਅੰਤਰਾ ਕੀ ਹੁੰਦਾ ਤੇ ਸਥਾਈ ਕੀ ਹੁੰਦੀ ਹੈ ਜਿਹੜੀ ਅੱਜ ਗਾਇਨ ਸ਼ੈਲੀ ਗਾਏ ਜਾਂ ਆਪਾਂ ਕੀਰਤਨ ਸੁਣਦੇ ਹਾਂ ਉਹਦੇ ਵਿੱਚ ਦੋ ਪਾਰਟ ਨੇ ਇੱਕ ਹੈ ਜੀ ਅਸਥਾਈ ਜਿਹੜਾ ਕਿ ਹਰ ਅੰਤਰਿਆਂ ਤੋਂ ਬਾਅਦ ਰਿਪੀਟ ਹੁੰਦਾ ਉਹ ਫਿਕਸ ਹੁੰਦਾ ਅਸਥਾਈ ਅਤੇ ਉਸ ਤੋਂ ਬਾਅਦ ਹੁੰਦਾ ਅੰਤਰਾ ਸੋ ਇੱਥੇ ਕਹਿੰਦੇ ਕਿ ਤਾਲ ਦਾ ਬਦਲਣਾ ਸ਼ਬਦ ਰੀਤ ਵਿੱਚ ਤੁਕ ਤੁਕ ਤੇ ਤਾਲ ਬਦਲਦਾ ਰਹੇ ਉਸਨੂੰ ਪੜਤਾਲ ਦੀ ਸੰਗਿਆ ਦਿੱਤੀ ਜਾਂਦੀ ਗੁਰਬਾਣੀ ਸੰਗੀਤ ਦੀ ਪੜਤਾਲ ਸ਼ੈਲੀ ਵਿੱਚ ਸ਼ਬਦ ਵਿੱਚ ਵਰਤੇ ਗਏ ਰਹਾਉ ਨੂੰ ਅਸਥਾਈ ਦਾ ਰੂਪ ਦੇ ਕੇ ਹੋਰ ਪਦਾਂ ਨੂੰ ਉਹਨਾਂ ਦੀ ਕਾਵਿ ਸ੍ਰਿਸ਼ਟੀ ਅਨੁਸਾਰ ਕਿਉਂਕਿ ਪੜਤਾਲ ਦੇ ਵਿੱਚ ਇੱਥੇ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹਾਂਗਾ ਕਿ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦਰਜ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਉਹਦੇ ਵਿੱਚ ਕੀ ਹੈ ਕਿ ਕਾਵਿ ਦ੍ਰਿਸ਼ਟੀ ਤੋਂ ਨਾ ਜਦੋਂ ਆਪਾਂ ਉਹਨੂੰ ਪੜ੍ਹਦੇ ਹਾਂ ਜਾਂ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹਦੀ ਜਿਹੜੀ ਛੰਦਾਬੰਦੀ ਹੈ ਉਹ ਡਿਫਰੈਂਟ ਡਿਫਰੈਂਟ ਹੁੰਦੇ ਨੇ ਅਸਥਾਈ ਦੇ ਡਿਫਰੈਂਟ ਨੇ ਅੰਤਰੇ ਦੇ ਡਿਫਰੈਂਟ ਨੇ ਸੈਕਿੰਡ ਅੰਤਰੇ ਦੇ ਡਿਫਰੈਂਟ ਨੇ ਸੋ ਇਸ ਤਰ੍ਹਾਂ ਕਾਵਿ ਦ੍ਰਿਸ਼ਟੀ ਦੇ ਜਿਹੜੀ ਕਾਵਿ ਸ੍ਰਿਸ਼ਟੀ ਹੈਗੀ ਉਹਦੀ ਜਿਸ ਦੇ ਵਿੱਚ ਜਿਸ ਛੰਦਾਬੰਦੀ ਦੇ ਵਿੱਚ ਲਿਖੀ ਗਈ ਹੈ ਉਹਨੂੰ ਵਿਚਾਰਦਿਆਂ ਉਹਦੇ ਅਨੁਸਾਰ ਅਲੱਗ ਅਲੱਗ ਤਾਲਾਂ ਵਿੱਚ ਦਿੱਤੇ ਅੰਕਾਂ ਦੀ ਸੀਮਾ ਵਿੱਚ ਇੱਥੇ ਨਾ ਇੱਕ ਗੱਲ ਬਹੁਤ ਵਿਚਾਰਨਯੋਗ ਹੈਗੀ ਹੈ ਕਿਉਂਕਿ ਕਈ ਵਿਦਵਾਨ ਇੰਜ ਮੰਨਦੇ ਨੇ ਕਿ ਜਿਹੜੀ ਪੜਤਾਲ ਗਾਇਨ ਸ਼ੈਲੀ ਉਹਦੇ ਵਿੱਚ ਪੰਜ ਤਾਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ ਸ਼ਬਦ ਵੀ ਪਿੱਛੇ ਦੇਖੇ ਸੀਗੇ ਕਿ ਪੰਜ ਤਾਲ ਜਾਂ ਪੰਜ ਤਾਲ ਨੂੰ ਵੀ ਪੜਤਾਲ ਕਹਿੰਦੇ ਨੇ ਕਈ ਵਿਦਵਾਨ ਇੰਜ ਮੰਨਦੇ ਨੇ ਪਰ ਇੱਥੇ ਪ੍ਰੋਫੈਸਰ ਤਾਰਾ ਸਿੰਘ ਜੀ ਬੜਾ ਹੀ ਕਲੀਅਰ ਸਾਨੂੰ ਦੱਸਦੇ ਨੇ ਕਿ ਉਹਨਾਂ ਦੀ ਕਾਵਿ ਸ੍ਰਿਸ਼ਟੀ ਅਨੁਸਾਰ ਭਿੰਨ ਭਿੰਨ ਤਾਲਾਂ ਵਿੱਚ ਦਿੱਤੇ ਅੰਕਾਂ ਦੀ ਸੀਮਾ ਵਿੱਚ ਰਹਿੰਦੇ ਹੋਏ ਅੰਕਾਂ ਦੀ ਸੀਮਾ ਦਾ ਭਾਵ ਕੀ ਹੈ ਕਿ ਜਦੋਂ ਆਪਾਂ ਪਾਠ ਕਰਦੇ ਹਾਂ ਨਾ ਤੇ ਅੰਤਰਿਆਂ ਤੋਂ ਬਾਅਦ ਆਉਂਦਾ 1, 2, 3, 4 ਉਹ ਅੰਤਰਿਆਂ ਦੀ ਸੀਮਾ ਹੈਗੀ ਕਿ ਪਹਿਲਾ ਅੰਤਰ ਹੈ ਜੀ ਦੂਸਰਾ ਅੰਤਰ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਵਿਦਵਾਨ ਕੀ ਕਰਦੇ ਨੇ ਭਾਵੇਂ ਕਿਸੇ ਸ਼ਬਦ ਦੇ ਵਿੱਚ ਦੋ ਹੀ ਅੰਤਰੇ ਹੋਣ ਪਰ ਉਸ ਦੇ ਵਿੱਚ ਵੀ ਉਹ ਪੰਜ ਜਾਂ 5 ਤਾਲਾਂ ਨੂੰ ਉਸ ਦੇ ਵਿੱਚ ਉਹ ਉਪਯੋਗ ਕਰਦੇ ਨੇ ਉਹਦੇ ਵਿੱਚ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਜਿਹੜਾ ਕਿ ਭਾਵੇਂ ਅੱਜ ਪ੍ਰਚਾਰ ਦੇ ਵਿੱਚ ਉਹ ਵੀ ਬਹੁਤ ਹੈ ਪਰ ਜਦੋਂ ਅਸੀਂ ਪੁਰਾਤਨ ਵਿਦਵਾਨਾਂ ਦੀ ਜਾਂ ਗੁਰਬਾਣੀ ਗਾਇਨ ਸ਼ੈਲੀ ਨੂੰ ਵਿਚਾਰਦੇ ਹਾਂ ਸੋ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਜਿੰਨੇ ਅੰਤਰੇ ਹੋਣ ਉਨੀਆਂ ਹੀ ਤਾਲਾਂ ਵੀ ਹੋਣ ਉਸ ਤੋਂ ਜ਼ਿਆਦੀਆਂ ਨਾ ਹੋਣ ਜਾਂ ਜਿਹੜਾ ਕਨਸੈਪਟ ਪੰਜ ਤਾਲਾਂ ਵਾਲਾ ਹੈਗਾ ਉਹ ਬਿਲਕੁਲ ਵੀ ਨਾ ਹੋਵੇ ਸੋ ਮੈਂ ਫਿਰ ਆਵਾਂ ਜੀ ਪ੍ਰੋਫੈਸਰ ਤਾਰਾ ਸਿੰਘ ਜੀ ਅਨੁਸਾਰ ਹੋਰ ਪਦਾਂ ਨੂੰ ਕਾਵਿ ਸ੍ਰਿਸ਼ਟੀ ਅਨੁਸਾਰ ਭਿੰਨ ਭਿੰਨ ਤਾਲਾਂ ਵਿੱਚ ਦਿੱਤੇ ਅੰਕਾਂ ਦੀ ਸੀਮਾ ਵਿੱਚ ਰਹਿੰਦੇ ਹੋਏ ਅਸਥਾਈ ਵਿੱਚ ਬੜੇ ਆਕਰਸ਼ਕ
ਅਤੇ ਕਲਾਤਮਕ ਢੰਗ ਨਾਲ ਪ੍ਰਵੇਸ਼ ਕੀਤਾ ਜਾਂਦਾ ਹੈ ਉਹ ਜਿਹੜਾ ਹੈ ਜੀ ਉਹਨੂੰ ਅਸੀਂ ਪੜਤਾਲ ਕਹਿੰਦੇ ਡਾਕਟਰ ਗੁਰਨਾਮ ਸਿੰਘ ਜੀ ਅਨੁਸਾਰ ਇਹਨਾਂ ਦੇ ਵਿਚਾਰ ਥੋੜੇ ਜਿਹੇ ਅਲੱਗ ਨੇ ਭਾਵੇਂ ਉਹਨਾਂ ਦੇ ਸ਼ਿਗਿਰਦ ਵੀ ਨੇ ਪਰ ਥੋੜੇ ਜਿਹੇ ਵਿਚਾਰ ਇਹਨਾਂ ਦੇ ਡਿਫਰੈਂਟ ਨੇ ਪੜਤਾਲ ਬਾਰੇ ਪੜਤਾਲ ਤੋਂ ਭਾਵ ਸ਼ਬਦ ਗਾਇਨ ਦੀ ਉਹ ਰਚਨਾ ਹੈ ਜਿਸ ਵਿੱਚ ਤਾਲਾਂ ਨੂੰ ਬਦਲ ਬਦਲ ਕੇ ਪ੍ਰਯੋਗ ਤਾਂ ਕੀਤਾ ਜਾਂਦਾ ਹੈ ਪਰ ਇਹ ਅੱਗੇ ਕਹਿੰਦੇ ਨੇ ਕਿ ਪਰਤ ਤਾਲ ਪੱਟ ਤਾਲ ਪੰਚ ਤਾਲ ਇਹ ਆਦਿ ਨਾਵਾਂ ਨਾਲ ਪੜਤਾਲ ਨੂੰ ਦਰਸਾਇਆ ਜਾਂਦਾ ਇਹ ਆਪਾਂ ਪਹਿਲਾਂ ਵੀ ਸਮਝ ਲਿਆ ਪਰ ਅਗਲੀ ਜਿਹੜੀ ਗੱਲ ਹੈ ਕਿ ਪੜਤਾਲ ਅਧੀਨ ਕਿਸੇ ਸ਼ਬਦ ਦੇ ਹਰ ਅੰਤਰੇ ਦੇ ਗਾਇਨ ਲਈ ਵੱਖ ਵੱਖ ਪੰਜ ਤਾਲਾਂ ਦਾ ਪ੍ਰਯੋਗ ਕੀਤਾ ਜਾਂਦਾ ਕਿ ਇਹਨਾਂ ਦੇ ਅਨੁਸਾਰ ਇਹ ਕਹਿੰਦੇ ਨੇ ਕਿ ਅੰਤਰੇ ਜਿੰਨੇ ਵੀ ਗਾਏ ਜਾਣਗੇ ਉਹਦੇ ਵਿੱਚ ਘੱਟੋ ਘੱਟ ਜਿਹੜੀ ਹੈ ਪੰਜ ਤਾਲਾਂ ਇਸਤੇਮਾਲ ਕੀਤੀਆਂ ਜਾਣਗੀਆਂ ਤਾਂ ਹੀ ਉਹਨੂੰ ਆਪਾਂ ਪੜਤਾਲ ਕਹਿ ਸਕਦੇ ਹਾਂ ਤੇ ਅੱਜ ਦੀ ਲੜੀ ਦੇ ਵਿੱਚ ਵੀ ਮੈਂ ਦੋ ਸ਼ਬਦ ਲਏ ਨੇ ਕਿਉਂਕਿ ਇਹ ਡਾਕਟਰ ਗੁਰਨਾਮ ਸਿੰਘ ਜੀ ਅਨੁਸਾਰ ਜਿਹੜੀ ਇਹ ਵਾਲੀ ਰੀਤ ਹੈਗੀ ਹੈ ਪੰਜ ਤਾਲਾਂ ਨੂੰ ਯੂਜ਼ ਕਰਨ ਦੀ ਪੜਤਾਲ ਦੇ ਵਿੱਚ ਅੱਜ ਦੇ ਡੇਟ ਦੇ ਵਿੱਚ ਇਹ ਬਹੁਤ ਜ਼ਿਆਦਾ ਉਪਯੋਗ ਕੀਤੀ ਜਾਂਦੀ ਹੈ ਸੋ ਮੈਂ ਵੀ ਕੋਸ਼ਿਸ਼ ਕੀਤੀ ਕਿ ਇੱਕ ਜਿਹੜੀ ਕਿ ਗੁਰਨਾਮ ਸਿੰਘ ਜੀ ਅਨੁਸਾਰ ਜਾਂ ਬਾਕੀ ਵਿਦਵਾਨਾਂ ਦੀ ਮਤ ਹੈਗਾ ਕਿ ਪੰਜ ਤਾਲਾਂ ਦਾ ਯੂਜ਼ ਕੀਤਾ ਜਾਵੇ ਤੇ ਜੋ ਸਾਨੂੰ ਪ੍ਰੋਫੈਸਰ ਤਾਰਾ ਸਿੰਘ ਜੀ ਕਹਿੰਦੇ ਨੇ ਕਿ ਕਾਵਿ ਸ੍ਰਿਸ਼ਟੀ ਦੇ ਅਨੁਸਾਰ ਪੌਜ਼ਸ ਦਾ ਧਿਆਨ ਰੱਖਦਿਆਂ ਹੋਇਆਂ ਅੰਕਾਂ ਦੀ ਸੀਮਾ ਵਿੱਚ ਰਹਿੰਦੇ ਹੋਏ ਹੀ ਤਾਲ ਦੀ ਵਰਤੋਂ ਕਰਨੀ ਹੈ ਉਹਦੇ ਵਿੱਚ ਵੀ ਆਪਾਂ ਅੱਜ ਇੱਕ ਸ਼ਬਦ ਸਰਵਣ ਕਰਾਂਗੇ ਸੋ ਦੋਨਾਂ ਹੀ ਜਿਹੜੀ ਮੇਨ ਅੱਜ ਯੂਜ਼ ਕੀਤੀ ਜਾਂਦੀ ਹੈ ਦੋ ਤਰ੍ਹਾਂ ਦੀ ਪੰਜ ਤਾਲਾਂ ਦਾ ਉਪਯੋਗ ਅਤੇ ਬਹੁਤ ਘੱਟ ਕੀਰਤਨੀਏ ਨੇ ਜਿਹੜੇ ਕਿ ਅੰਕਾਂ ਦੀ ਸੀਮਾ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀ ਪੜਤਾਲ ਗਾਇਨ ਨੂੰ ਨਿਭਾਉਂਦੇ ਨੇ ਸੋ ਆਪਾਂ ਅੱਜ ਦੋਨੋਂ ਹੀ ਵਰੰਗੀਆਂ ਨੂੰ ਇੱਕ ਇੱਕ ਸ਼ਬਦ ਸਰਵਣ ਕਰਾਂਗੇ ਸੋ ਅੱਜ ਆਪਾਂ ਨੂੰ ਆਪਾਂ ਅੱਗੇ ਉਹਦੇ ਬਾਰੇ ਆਪ ਜੀ ਨਾਲ ਵਿਚਾਰ ਕਰਾਂਗੇ ਸੋ ਆਈਏ ਅੱਗੇ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗਾਇਨ ਸ਼ੈਲੀਆਂ ਵਿੱਚ ਪੜਤਾਲ ਗਾਇਨ ਸ਼ੈਲੀ ਸੋ ਪੜਤਾਲ ਗਾਇਨ ਸ਼ੈਲੀ ਜਿਵੇਂ ਆਪਾਂ ਪਹਿਲਾਂ ਵੀ ਇਹਦੇ ਬਾਰੇ ਚਰਚਾ ਕੀਤੀ ਕਿ ਸਾਨੂੰ ਇਹ ਜਿਹੜੀ ਦਾਤ ਹੈ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਦੀ ਝੋਲੀ ਪਾਇਆ ਜੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਵਿੱਚ ਪੜਤਾਲ ਸ਼ੈਲੀ ਦਾ ਪ੍ਰਯੋਗ ਕੇਵਲ ਤਾਂ ਕੇਵਲ ਗੁਰੂ ਰਾਮਦਾਸ ਪਾਤਸ਼ਾਹ ਜੀ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਹੀ ਕੀਤਾ ਗਿਆ ਹੈ ਹੋਰ ਕਿਸੇ ਵੀ ਗੁਰੂ ਪਾਤਸ਼ਾਹ ਜਾਂ ਭਗਤ ਸਾਹਿਬਾਨ ਜਾਂ ਭੱਟ ਸਾਹਿਬਾਨ ਜਾਂ ਗੁਰਸਿੱਖਾਂ ਨੇ ਇਸ ਸ਼ੈਲੀ ਦੇ ਵਿੱਚ ਇਸ ਕਾਵਿ ਰੂਪ ਸ਼ੈਲੀ ਦੇ ਵਿੱਚ ਗਾਇਨ ਸ਼ੈਲੀ ਦੇ ਵਿੱਚ ਸ਼ਬਦਾਂ ਦਾ ਉਚਾਰਨ ਨਹੀਂ ਕੀਤਾ ਹੈ ਕੇਵਲ ਤਾਂ ਕੇਵਲ ਪੜਤਾਲਾਂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਹੀ ਰਚਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਸੋ ਪੜਤਾਲ ਬਾਣੀ ਦਾ ਰਾਗ ਪ੍ਰਬੰਧ ਕੀ ਹੈ ਜੀ ਕਿਹੜੇ ਕਿਹੜੇ ਰਾਗਾਂ ਦੇ ਵਿੱਚ ਕਿੰਨੀਆਂ ਪੜਤਾਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਸੋ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 19 ਪੜਤਾਲਾਂ 19 ਪੜਤਾਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਬਿਲਾਵਲ ਨਟ ਨਾਰਾਇਣ ਸਾਰੰਗ ਮਲਾਰ ਕਾਨੜਾ ਪ੍ਰਭਾਤੀ ਵਿਭਾਸ ਰਾਗਾਂ ਦੇ ਅਧੀਨ ਦਰਜ ਹੈ ਇੱਥੇ ਬਾਕੀ ਰਾਗ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਮੁੱਖ ਰਾਗਾਂ ਦੇ ਵਿੱਚੋਂ ਹੈ ਪਰ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਰਾਗ ਹੈ ਪ੍ਰਭਾਤੀ ਵਿਭਾਸ ਇਹ ਪ੍ਰਭਾਤੀ ਮੁੱਖ ਰਾਗ ਦੇ ਅੰਤਰਗਤ ਆਉਣ ਵਾਲਾ ਇੱਕ ਉਪ ਰਾਗ ਹੈ ਜਿਹੜਾ ਕਿ ਪ੍ਰਭਾਤੀ ਵਿਭਾਸ ਹੈ ਉਹ ਇੱਕ ਮਿਸ਼ਰਿਤ ਰਾਗ ਹੈ ਭਾਵ ਕਿ ਉਹਦੇ ਵਿੱਚ ਦੋ ਰਾਗਾਂ ਦਾ ਮਿਕਸਚਰ ਹੈ ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਜੀ ਨੇ 36 ਪੜਤਾਲਾਂ ਰਚੀਆਂ ਸੋ ਜੀ ਜਿਹੜੇ ਕਿ ਆਸਾ ਆਸਾ ਰਾਗ ਦੇ ਵਿੱਚ ਧਨਾਸਰੀ ਦੇ ਵਿੱਚ ਸੂਹੀ ਬਿਲਾਵਲ ਰਾਮਕਲੀ ਨਟ ਨਾਰਾਇਣ ਭੈਰੋ ਸਾਰੰਗ ਮਲਹਾਰ ਕਾਨੜਾ ਅਤੇ ਪ੍ਰਭਾਤੀ ਵਿਭਾਸ ਰਾਗਾਂ ਦੇ ਵਿੱਚ ਦਰਜ ਕੀਤੇ ਸੋ ਇਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਵੀ ਬਾਕੀ ਤਾਂ ਜਿੰਨੇ ਵੀ ਰਾਗ ਲਏ ਉਹ ਕੀ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ 31 ਮੁੱਖ ਰਾਗਾਂ ਦੇ ਵਿੱਚੋਂ ਹੈ ਪਰ ਇੱਕ ਜਿਹੜਾ ਖੀਰਲਾ ਰਾਗ ਹੈ ਪ੍ਰਭਾਤੀ ਵਿਭਾਸ ਉਹ ਪ੍ਰਭਾਤੀ ਮੁੱਖ ਰਾਗ ਦੇ ਅੰਤਰਗਤ ਆਉਣ ਵਾਲਾ ਪ੍ਰਭਾਤੀ ਵਿਭਾਸ ਇੱਕ ਜਿਹੜਾ ਮਿਸ਼ਰਿਤ ਰਾਗ ਹੈ ਉਹਦੇ ਵਿੱਚ ਵੀ ਆਪਣੀ ਜਿਹੜੀ ਪੜਤਾਲ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਅਤੇ ਸੰਗਤਾਂ ਦੇ ਝੋਲੀ ਪਾਈਆਂ
इस तरह 19 पड़तालां गुरु रामदास जी दे अते 36 पड़तालां श्री गुरु अर्जन देव जी महाराज जी दे श्री गुरु ग्रंथ साहिब जी दे विच दर्ज हन जी। इत्थे एक गल होर हैगी कि पड़ताल शब्द बाणी दी काव्यक रचना दे अंतर्गत किसी एक काव्य छंद नूं समुचे शब्द दा आधार नहीं रख्या, सगों एक शब्द विच भिन्न भिन्न काव्य छंदां दा प्रयोग किया गया। सो इह गल नूं आपां नूं इस तरह समझनी पएगी कि गुरबाणी जिहड़ी लिखी गई है एक काव्य शैली है, एक छंदाबंदी है, एक लाइना दा जिन्ने भी अंतरे ने पंक्तियां ने उहदा एक तोल तुकांत है। भाव कि एक एग्जाम्पल लई मैं शब्द लिया है, उठत सुखिया बैठत सुखिया भौ नहीं लागे जां ऐसे बुझिया। तुसीं देखो बोलन दे विच भी एक तोल बनदा पिया उहदा, है ना, एक लय बनदी पई। राखा एक हमारा स्वामी सगल कटाका अंतर जामी। इट्स अ वेरी सिंपल कि कोई आम सिख्यार्थी भी उहनूं जिहड़ा है कि सोहणे तरीके नाल गा सकदा ते पाठ भी कर सकदा। पर जदों ही आपां जाणदे आ पड़ताल दे छंदाबंदी दे विच, इट्स अ वेरी डिफिकल्ट, वह आप अगे देखते हैं। सो अगे शब्द कंप्लीट कर लेने नू, सोए अचिंता जाग अचिंता जहां कहां प्रभ तू वर्तनता। इट्स ईजी, है ना, घर सुख वसया बाहर सुख पाया कहो नानक गुर मंत्र दृढ़ाया। इसे तरह हुण पड़ताल दे विच देखते हैं। सो एक सारंग दी पड़ताल है जी, चौथे पातशाह जी ने दर्ज किया है, उन्हां दी रचना है। सो आपां देखिए शब्द दे बोल, देखो जप मन नर हरे नर हर स्वामी हर सगल देव देवा श्री राम राम नामा हर प्रीतम मोरा। देखो तुसी ना कि छंदाबंदी देखो कि वो एक दूसरे नाल रिलेट ही नहीं कर रहे। जे प्रॉपर पॉज दिते जान, पहला दो अखरां दा वर्ड है, फिर एक 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 वर्ड है, फिर दो ने, फिर चार ने, फिर चार ने, फिर तीन ने। सो इस तरह इन्हां दी कंपोजिशन बनानी, छंदाबंदी नूं ध्यान दे विच रख के फिर उस हिसाब नाल तालां नूं बिठाना, इट्स अ वेरी डिफिकल्ट। फिर इहदे अंतरा ही देखिए आपां, हुण अस्थाई सीगी साडे कोल ते हुण अंतरा देखिए। इह पहला अंतरा है जी, जित ग्रह गुण गावते हर के गुण गावते राम गुण गावते तित ग्रह वाजे पंच शब्द वड भाग मथोरा। हुण देखो कि छंदाबंदी देखिए, भावें गावते 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 जुड़ रहे ने, पर तिना लाइना दे विच तुसी देखो कि तोल दा किन्ना किन्ना फर्क है। जित ग्रह गुण गावते हर के गुण गावते राम गुण गावते तित ग्रह वाजे पंच शब्द। देखो हुण पंज अखर आ गए, पहला तीन वर्ड सीगे हुण पंज आ गए, फिर तीन आ गए वड भाग मथोरा। फिर हुण देखो कि छे वर्ड दा आ गया, तीन जन के सब पाप गए सब दुख गए सब रोग गए काम क्रोध लोभ मोह अभिमान गए। सो इहनूं जदों असीं कंपोज करदे आ, इट्स अ वेरी डिफिकल्ट कि उहदे पॉज भी जिहड़े ने बिल्कुल एक्यूरेट आन। ते आम करके जदों पड़तालां गाईआं जांदीआं ने, क्योंकि संगीतक पक्ष उहदे च इन्ना भारू हो जांदा, या कह लईए कि इसनूं कंपोज करना भी इट्स अ टू डिफिकल्ट कि पॉज भी सही लए जान, क्योंकि इहदे तोलां दे विच बहुत फर्क है। किते दो वर्ड आ रहे ने, किते तीन वर्ड आ रहे ने, किते सिद्धे ही काम क्रोध लोभ मोह अभिमान गए, किन्ने वर्ड हो गए, छे वर्ड हो गए। हुण तीन जन के हर मार कढे पंच चोरा। सो इस तरह दूसरा अंतरा देखो, यह पूरा एक अंतरा ही है जी। सो कहण तों भाव कि कई बार जिहड़ा आपां शब्द पिछे देखिया सीगा राखा एक हमारा स्वामी, वह पूरा शब्द ही उहदे चार अंतरे सीगे, ते पड़ताल गायन दा एक अंतरा ही जिवें लगदा है कि पूरा शब्द है। हुण दूसरा अंतरा इस तों भी वड्डा है, देखो जी, हर राम बोलो हर साधु हर के जन साधु जगदीश जपो मन बचन करम हर हर आराधु हर के जन साधु हर राम बोल सब पाप गवाधु नित नित जागरण करो सदा सदा आनंद जप जगदीश्वरा
मन इच्छे फल पावो सभे फल पावो, धर्म अर्थ काम मोख जन नानक हर स्यों मिले हर भगत तोरा। सो देखिए कि तोलां दे विच इन्हूं कंपोज करना होवे किसे नूं पूरे प्रॉपर पॉजेस दे नाल। सो इसलिए कि सानू ना पड़ताल बहुत घट गायन इहदा जिहड़ा आम गुरु घरां दे विच सानू सुनन नूं मिलदा है, क्योंकि उहदी कंपोजिशन बनाउणी ते पॉजेस दा ध्यान रखना ते शब्द दे जिहड़े वर्ड्स ने उह सही तरीके नाल डिलीवर करना संगत दे कन्नां तक पहुंचना, इट्स अ टू डिफिकल्ट। इसलिए पड़ताल गायन शैली जिहड़ी है कि वह बहुत मेहनत मंगती है अते बहुत घट जिहड़े कीर्तनीए ने या कीर्तनकार ने वह इहदा गायन करदे ने। सो अगे चलते हैं जी, हुण पड़ताल बाणी दे विच ताल प्रबंध, क्योंकि पड़ताल दा जिहड़ा सारा फोकस है परत ताल, तालां दा मुड़ मुड़ के परतना। हुण ताल जिहड़ी है उहदा परतना साढ़े कोलों एक ताल नहीं सांभी जांदी, उहदे विच तां दो दो तीन तीन चार चार पांच पांच तालां दे बदलाव आउणे। सो उहनूं किवें सांभांगे ते उहनूं गायन करन लगियां किहड़ियां किहड़ियां चीज़ां दी लोड़ हैगी है उह आपां विचारनी है जी। कि जिवें सानूं पता है कि गुरबाणी संगीत दीआं जिहड़ियां गायन शैलियां ने उहदे विच रहाउ दी तुक नूं आपां हमेशा की करदे हां अस्थाई, भाव कि जिस ते साडा सेंट्रल आइडिया उहनूं आपां बार बार रिपीट करदे हां। सैकेंड है जी, पड़ताल बाणी दे अंतर्गत अंकां दे अनुसार शब्द नूं अस्थाई अते अंतरियां दे रूप विच वंड के गायन करदे हां, रहाउ दी तुक नूं अस्थाई दे रूप विच गायन करदे हां काव छंद अनुसार किसी एक ताल विच निबद्ध किया जाता है, भाव कि रहाउ दी जिहड़ी तुक है उहनूं अस्थाई बनाउणी है अते उह किसी भी एक ताल तो भाव कि एक जिहड़ा एक ताल किसी ताल का भी नाम है, तो मैं एग्जाम्पल ही कह रहा कि किसी भी ताल दे विच उसनूं आपां निबद्ध करदे हां, भाव चार ताल एक ताल तीन ताल किसी भी ताल दे विच उन्हों रहाव नूं आपां फिक्स करदे हां अते अंकां नूं जिन्ने भी अंतरे ने उन्हों आपां की करदे हां डिफरेंट डिफरेंट ताल दे विच आपां निबद्ध करदे हां। वो आपां एग्जाम्पल दे विच जदों मैं गायन करांगा वो आप जी सुनना कि किवें तालां चेंज होंदियां ने। अगे है जी, शब्द दीआं बाकी तुकां नूं अंकां अनुसार अंतरियां विच वंडदियां हर अंतरे लई काव छंद नाल समानता रखन वाली ताल विच निबद्ध करके गाव्या जांदा है। इत्थे बहुत ध्यान देण वाली गल है कि काव छंद नूं देखदियां कि उहदे नाल किहड़ा किहड़ी ताल जिहड़ी उह रिलेट कर रही है, चप ताल रिलेट कर रही है, एक ताल रिलेट कर रही है कि तीन ताल रिलेट कर रही है या रूपक ताल रिलेट कर रही है, सानू ये ध्यान रखना चाहिए। कई बारी की होंदा है कि असी कीर्तन सुनते हैं आपां बदो बदी वो ताल नू लिया होंदा है कि पहला ही ताल असी सोच लेंदे कि किसी वड्डी ताल तो पाओ कि जिहड़ी अप्रचलित ताला ने जिवें कि साडी आड़ा चार ताल हैगी है चार ताल हैगी है, आपां पहला ही ताल डिसाइड कर लैंदे हां अते उहदे विच बदो बदी फिट करन दी कोशिश करदे हां कि शब्द नू आपां इसे ताल च गाउणा। उहदे कई वारी की होंदा है फिर सानू जिहड़ा हैगा शब्दां दे बोलां नू ਉਹ ਕਈ ਵਾਰੀ ਸਾਨੂੰ ਉਹਦੇ ਵਿੱਚ ਇੰਨੀ ਐਡਜਸਟਮੈਂਟ ਕਰਨੀ ਪੈ ਜਾਂਦੀ ਹੈ ਕਿ ਆਪਾਂ ਨੇ ਪੌਜ਼ਸ ਦਾ ਵੀ ਸਾਡਾ ਧਿਆਨ ਕਈ ਵਾਰੀ ਉਸ ਸ਼ਬਦ ਦੇ ਵਿੱਚ ਪ੍ਰੋਪਰਲੀ ਨਹੀਂ ਹੋ ਪਾਉਂਦਾ। ਇਸ ਲਈ ਇੱਥੇ ਬਹੁਤ ਜ਼ਰੂਰੀ ਹੈ ਕਿ ਸਾਨੂੰ ਕਾਵ ਛੰਦਾਂ ਨੂੰ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਉਸ ਹਿਸਾਬ ਨਾਲ ਹੀ ਤਾਲ ਆਪਾਂ ਚੂਜ਼ ਕਰੀਏ ਜਿਹਦੇ ਨਾਲ ਕਿ ਗੁਰਬਾਣੀ ਦੇ ਵਿੱਚ ਜਿਹੜਾ ਇੱਕ ਮੈਸੇਜ ਹੈਗਾ ਉਹ ਚੰਗੀ ਤਰ੍ਹਾਂ ਸੰਗਤ ਤੱਕ ਕਨਵੇ ਹੋ ਸਕੇ। ਇੱਥੇ ਮੈਂ ਸਟਾਰ ਲਗਾਇਆ ਹੈ ਕਿ ਕਈ ਵਾਰ ਕੀ ਕਰਦੇ ਨੇ ਕਿ ਇੱਕੋ ਹੀ ਅੰਤਰੇ ਦੇ ਵਿੱਚ ਇੱਕ ਤੋਂ ਵੱਧ ਤਾਲਾਂ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਵੀ ਵਿਦਵਾਨ ਨੇ ਇਹ ਕਰਦੇ ਰਹੇ ਨੇ, ਪਰ ਮੈਨੂੰ ਲੱਗਦਾ ਕਿ ਇੰਜ ਨਹੀਂ ਹੋਣਾ ਚਾਹੀਦਾ, ਕਿਉਂਕਿ ਅੰਤਰਾ ਇੱਕ ਕੰਪਲੀਟ ਅੰਤਰ ਹੈ, ਉਹਨੂੰ ਇੱਕ ਤਾਲ ਕਿਸੇ ਵੀ ਇੱਕ ਤਾਲ ਦੇ ਵਿੱਚ ਹੀ ਨਿਬੱਧ ਕਰਕੇ ਗਾਉਣਾ ਚਾਹੀਦਾ। ਪਰ ਫਿਰ ਵੀ ਅਜੋਕੇ ਵਿਦਵਾਨ ਇਸ ਤਰ੍ਹਾਂ ਕਰਦੇ ਨੇ ਕਿ ਇੱਕ ਹੀ ਅੰਤਰੇ ਦੇ ਵਿੱਚ ਕਈ ਵਾਰੀ ਤਾਲਾਂ ਦਾ ਡਿਫਰੈਂਟ ਡਿਫਰੈਂਟ ਤਾਲਾਂ ਦਾ ਪ੍ਰਯੋਗ ਕਰਦੇ ਨੇ।
ਸੋ ਹਰ ਅੰਤਰੇ ਦੀ ਸਮਾਪਤੀ ਤੇ ਅਸਥਾਈ ਵਿੱਚ ਪ੍ਰਵੇਸ਼ ਕਰਨ ਲੱਗਿਆ। ਜਦੋਂ ਵੀ ਆਪਾਂ ਨੇ ਅੰਤਰਾ ਗਾਉਣਾ ਜਾਂ ਅਸਥਾਈ ਦੇ ਵਿੱਚ ਆਉਣਾ ਜਾਂ ਅਸਥਾਈ ਤੋਂ ਅੰਤਰੇ ਦੇ ਵਿੱਚ ਜਾਣਾ, ਸੋ ਆਪਾਂ ਨੇ ਉੱਥੇ ਤਿਆਹੀ ਵਰਤਦੇ। ਤਿਆਹੀ ਕੀ ਹੁੰਦੀ ਹੈ? ਕਿ ਕਿਸੇ ਵੀ ਵਰਡ ਨੂੰ ਤਿੰਨ ਵਾਰੀ ਬੋਲਣਾ ਜਾਂ ਤਿੰਨ ਵਾਰੀ ਵਜਾਉਣਾ ਜਾਂ ਤਿੰਨ ਵਾਰੀ ਗਾਉਣਾ, ਉਹਨੂੰ ਆਪਾਂ ਕਹਿੰਦੇ ਤਿਆਹੀ। ਸੋ ਹਮੇਸ਼ਾ ਜਦੋਂ ਵੀ ਤਾਲ ਚੇਂਜ ਹੋਣੀ ਹੈ ਉਸ ਸਮੇਂ ਸਾਨੂੰ ਤਿਹਾਈ ਜਿਹੜੀ ਹੈਗੀ ਉਹ ਲਗਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਵੀ ਪੜਤਾਲ ਬਾਣੀ ਦੇ ਅੰਤਰਗਤ ਕਈ ਥਾਈਂ, ਹਰ ਥਾਈਂ ਤੇ ਨਹੀਂ, ਕਿਤੇ ਕਿਤੇ ਸਾਨੂੰ ਇਹ ਵੀ ਮਿਲਦਾ ਹੈ ਕਿ ਵਿਸ਼ੇਸ਼ ਤੁਕ ਤੁਕਾਂਤ ਦੇ ਨਾਲ ਉਹਨਾਂ ਨੇ ਗੁਰਬਾਣੀ ਦੇ ਵਿੱਚ ਵੀ ਤਿਹਾਈਆਂ ਅੰਕਿਤ ਕੀਤੀਆਂ ਨੇ। ਸੋ ਉਹਦੇ ਲਈ ਇੱਕ ਐਗਜ਼ਾਮਪਲ ਹੈ ਜੀ, ਜਿਵੇਂ ਆਪਾਂ ਇਹ ਕਾਨੜਾ ਦੀ ਪੜਤਾਲ ਕਈ ਵਾਰੀ ਸੁਣਦੇ ਵੀ ਹਾਂ, ਮਨ ਜਾਪੋ ਰਾਮ ਗੋਪਾਲ ਵਾਲੀ, ਇਹਦੀ ਦੇਖੋ ਤੁਸੀਂ ਫਸਟ ਅੰਤਰੇ ਦੀ ਜਿਹੜੀ ਸਮਾਪਤੀ ਹੈਗੀ ਹੈ ਉੱਥੇ ਨਿਹਾਲ ਨਿਹਾਲ ਨਿਹਾਲ, ਇਹਨੂੰ ਅਸੀਂ ਕਹਿੰਦੇ ਹਾਂ ਤਿਹਾਈ ਹੈ, ਇਹ ਤਿਹਾਈ ਲਗਾਉਣੀ, ਤਿੰਨ ਵਾਰੀ ਆਈ ਇੱਕ ਚੀਜ਼, ਇਹ ਸਾਡੇ ਸੰਗੀਤ ਦੇ ਵਿੱਚ ਬੜਾ ਹੀ ਇੰਪੋਰਟੈਂਟ ਪਾਰਟ ਹੁੰਦਾ ਹੈ। ਤੁਮਰੀ ਜੀ ਅਕਤ ਕਥਾ ਤੂੰ 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 ਹੀ ਜਾਣੈ, ਹੋਂ ਹਰ ਜਪ ਭਈ ਨਿਹਾਲ ਨਿਹਾਲ ਨਿਹਾਲ। ਇਹ ਬੜੀ ਹੀ ਕਮਾਲ ਦੀ ਗੱਲ ਹੈ ਕਿ ਸੰਗੀਤ ਦੇ ਵਿੱਚ ਤਿਹਾਈ ਦੀ ਇੰਪੋਰਟੈਂਸ ਵੀ ਹੈ ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਤਿਹਾਈਆਂ ਲਿਖੀਆਂ ਵੀ ਹੈ। ਕਿਤੇ ਕਿਤੇ ਸਾਨੂੰ ਸੰਕੇਤ ਮਾਤਰ ਕਿ ਇਸ ਤਰ੍ਹਾਂ ਤੁਸੀਂ ਤਿਹਾਈਆਂ ਵੀ ਲਗਾਉਣੀਆਂ। ਜਨ ਨਾਨਕ, ਅਖੀਰਲੀ ਪੰਕਤੀ ਦੂਸਰੇ ਅੰਤਰੀ ਦੀ, ਜਨ ਨਾਨਕ ਹਰ ਜਪ ਭਈ ਨਿਹਾਲ ਨਿਹਾਲ ਨਿਹਾਲ। ਇਸ ਤਰ੍ਹਾਂ ਤਿਹਾਈਆਂ ਦਾ ਵੀ ਜਿਵੇਂ ਕਿ ਸੰਗੀਤ ਦੇ ਵਿੱਚ ਇੰਪੋਰਟੈਂਸ ਹੈ, ਸਾਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਇਹਦਾ ਇੱਕ ਰੈਫਰੈਂਸ ਦਿੱਤਾ ਕਿ ਤੁਸੀਂ ਕੀਰਤਨ ਕਰਨ ਲੱਗਿਆ ਤਾਲ ਚੇਂਜ ਕਰਨੀ ਹੈ ਤੇ ਤੁਸੀਂ ਉੱਥੇ ਤਿਆਈ ਦਾ ਇਸਤੇਮਾਲ ਕਰਨਾ। ਸੋ ਪ੍ਰੈਕਟੀਕਲੀ ਜਿਹੜੀ ਹੈ ਕਿ ਪੜਤਾਲ ਗਾਇਨ ਦੇ ਵਿੱਚ ਕੀ ਕੁਛ ਹੈਗੀ ਵਿਵਹਾਰਕਤਾ ਦੇ ਵਿੱਚ, ਉਹ ਆਪਾਂ ਵਿਚਾਰਨੀ ਹੈ ਜੀ। ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਪੜਤਾਲ ਗਾਇਨ ਸ਼ੈਲੀ ਗੁਰਬਾਣੀ ਸੰਗੀਤ ਪਰੰਪਰਾ ਦੀ ਇੱਕ ਮੌਲਿਕ ਵਿਸ਼ੇਸ਼ਤਾ ਹੈ। ਇਹ ਗਾਇਨ ਸ਼ੈਲੀ ਹੋਰ ਕਿਸੇ ਵੀ ਸੰਗੀਤ ਜਾਂ ਕਿਸੇ ਵੀ ਦੇਸ਼ ਕਿਸੇ ਵੀ ਪ੍ਰਾਂਤ ਦੇ ਵਿੱਚ ਇਹ ਪ੍ਰਚਲਿਤ ਨਹੀਂ ਹੈ, ਕੇਵਲ ਤਾਂ ਕੇਵਲ ਸਾਨੂੰ ਗੁਰਬਾਣੀ ਸੰਗੀਤ ਦੇ ਵਿੱਚ ਹੀ ਇਹ ਪੜਤਾਲ ਗਾਇਨ ਸ਼ੈਲੀ ਮਿਲਦੀ ਹੈ। ਇੱਥੇ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਵਾਂ ਕਿ ਇੰਡੀਅਨ ਕਲਾਸੀਕਲ ਮਿਊਜ਼ਿਕ ਦੇ ਵਿੱਚ ਜਿਵੇਂ ਸਾਡਾ ਪੜਤਾਲ ਹੈ, ਤਾਲਾਂ ਦਾ ਮੁੜ ਮੁੜ ਕੇ ਪਰਤਣਾ ਅਤੇ ਇਸੇ ਜਗ੍ਹਾ ਰਾਗ ਦਾ ਮੁੜ ਮੁੜ ਕੇ ਪਰਤਣਾ, ਜਿਵੇਂ ਆਪਾਂ ਰਾਗਮਾਲਾ ਵੀ ਪੜ੍ਹਦੇ ਹਾਂ ਅਖੀਰ ਦੇ ਵਿੱਚ, ਉਹ ਵਿਸ਼ਾ ਚਲੋ ਵੱਖਰਾ ਹੈ, ਪਰ ਮੈਂ ਇੱਥੇ ਸੰਗੀਤਕ ਤੌਰ ਤੇ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਕਿ ਰਾਗਾਂ ਦਾ ਮੁੜ ਮੁੜ ਕੇ ਪਰਤਣਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਰਾਗਮਾਲਾ ਹੈ, ਉਹ ਇੰਡੀਅਨ ਕਲਾਸੀਕਲ ਮਿਊਜ਼ਿਕ ਦੇ ਵਿੱਚ ਕਾਫੀ ਫੇਮਸ ਹੈ। ਪਰ ਤਾਲਾਂ ਦਾ ਮੁੜ ਮੁੜ ਕੇ ਪਰਤਣਾ, ਪੜਤਾਲ, ਉਹ ਕੇਵਲ ਤਾਂ ਕੇਵਲ ਗੁਰਬਾਣੀ ਸੰਗੀਤ ਦੀ ਇੱਕ ਵਿਸ਼ੇਸ਼ਤਾ ਹੈ। ਬਹੁਤ ਘੱਟ ਕੀਰਤਨੀ ਜਥੇ ਨੇ ਜਿਹੜਾ ਕਿ ਪੜਤਾਲ ਗਾਇਨ ਵਿੱਚ ਮੁਹਾਰਤ ਰੱਖਦੇ ਨੇ, ਕਿਉਂਕਿ ਆਪਾਂ ਵਿਚਾਰਿਆ ਕਿ ਕਿੰਨੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ। ਇੱਥੇ ਇੱਕ ਤਾਲ ਹੀ ਨਹੀਂ ਸਾਂਭੀ ਜਾਂਦੀ, ਇਹਦੇ ਵਿੱਚ ਤਾਂ ਬਹੁਤ ਬਹੁਤ ਤਾਲਾਂ ਚੇਂਜ ਹੁੰਦੀਆਂ ਨੇ, ਫਿਰ ਉਹਦੀ ਕੰਪੋਜੀਸ਼ਨ ਨੂੰ ਬਣਾਉਣਾ ਇਟਸ ਟੂ ਡਿਫੀਕਲਟ। ਹਰ ਅੰਤਰੇ ਦੇ ਵਿੱਚ ਤਾਲਾਂ ਨੇ ਚੇਂਜ ਹੋਣਾ ਹੈ, ਤੇ ਇਸੇ ਲਈ ਕਿ ਬਹੁਤ ਘੱਟ ਕੀਰਤਨੀ ਜਥੇ ਨੇ ਜਿਹੜੇ ਕਿ ਪੜਤਾਲ ਗਾਇਨ ਕਰਦੇ ਨੇ। ਅਕਾਦਮਿਕ ਅਦਾਰਿਆਂ ਵੱਲੋਂ ਸਮੇਂ ਸਮੇਂ ਆਯੋਜਿਤ ਹੋਣ ਵਾਲੇ ਕੀਰਤਨ ਮੁਕਾਬਲਿਆਂ ਅਤੇ ਗੁਰਮਤਿ ਸੰਗੀਤ ਪ੍ਰਤੀਯੋਗਤਾਵਾਂ ਵਿੱਚ ਬਹੁ ਗਿਣਤੀ ਵਾਲੀਆਂ ਜਿਹੜੀਆਂ ਟੀਮਾਂ ਵੱਲੋਂ ਨੇ ਉਹ ਪੜਤਾਲ ਗਾਇਨ ਪ੍ਰਸਤੁਤ ਕੀਤਾ ਜਾਂਦਾ। ਜਿੱਦਾਂ ਹੀ ਅਸੀਂ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਜਾਂ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਇਹਨਾਂ ਦੇ ਜਦੋਂ ਮੁਕਾਬਲਿਆਂ 'ਚ ਆਪਾਂ ਜਾਈਏ ਨਾ ਯੂਥ ਫੈਸਟੀਵਲਸ ਦੇ ਦਿਨਾਂ ਦੇ ਵਿੱਚ, ਤੇ ਸਾਨੂੰ ਆਮ ਕਰਕੇ ਜਦੋਂ ਗੁਰਬਾਣੀ ਸੰਗੀਤ ਦੀ ਪ੍ਰਤੀਯੋਗਤਾ ਹੁੰਦੀ ਹੈ ਸ਼ਬਦ ਗਾਇਨ, ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਜੇ ਕਹਿ ਲਈਏ ਕਿ 10 ਟੀਮਾਂ ਆਈਆਂ ਨੇ ਨਾ, ਤੇ ਉਹਦੇ ਵਿੱਚੋਂ 9 ਨੇ ਨਾ ਪੜਤਾਲਾਂ ਹੀ ਗਾਉਣੀਆਂ, ਕਿਉਂਕਿ ਉਹ ਇੰਜ ਸਮਝਦੇ ਨੇ ਕਿ ਮਿਊਜ਼ਿਕਲੀ ਅਸੀਂ ਬਹੁਤ ਸੋਹਣਾ ਦਿਖਾਵਾਂਗੇ ਤਾਂ ਸ਼ਾਇਦ ਸਾਡੀ ਪੁਜੀਸ਼ਨ ਅੱਛੀ ਆਏਗੀ, ਕਿਉਂਕਿ ਉਹਦੇ 'ਚ ਟੀਚਰਸ ਦੀ ਇਨਕਰੀਮੈਂਟ ਵੀ ਹੁੰਦੀ ਹੈ ਕਿ ਜੇ ਜਿਸ ਕਾਲਜ ਦੀ ਟੀਮ ਅੱਛੀ ਪਰਫਾਰਮੈਂਸ ਕਰੇਗੀ ਉਹਦੇ ਟੀਚਰਸ ਦੀ ਇਨਕਰੀਮੈਂਟ ਵੀ ਹੁੰਦੀ ਸੀ। ਸੋ ਇਸ ਲਈ ਬਹੁ ਗਿਣਤੀ ਜਿਹੜੀਆਂ ਟੀਮਾਂ ਵੱਲੋਂ ਉਹ ਪੜਤਾਲ ਗਾਇਨ ਹੀ ਜ਼ਿਆਦਾ ਪ੍ਰੈਫਰ ਕਰਦੀਆਂ ਨੇ, ਅਤੇ ਜਿਸ ਤੋਂ ਇਹ ਆਸ ਵੀ ਬਚਦੀ ਹੈ ਕਿ ਗੁਰਬਾਣੀ ਸੰਗੀਤ ਜਿਹੜੇ ਗੁਰਮਤਿ ਸੰਗੀਤ ਦਾ ਭਵਿੱਖ ਜਿਹੜਾ ਹੈ
ਉਹਦੇ ਜਿਹੜੇ ਕੀਰਤਨੀਏ ਨੇ ਇਸ ਗਾਇਨ ਸ਼ੈਲੀ ਦੀ ਸੰਭਾਲ ਪ੍ਰਤੀ ਸੁਚੇਤ ਅਤੇ ਕਾਰਜਸ਼ੀਲ ਹਨ। ਪਰ ਹੁੰਦਾ ਕੀ ਹੈ ਕਈ ਵਾਰੀ ਕਿ ਉਹ ਕੇਵਲ ਤਾਂ ਕੇਵਲ ਡੇਢ ਦੋ ਮਹੀਨੇ ਦਾ ਜਿਹੜਾ ਫੈਸਟੀਵਲ ਦੇ ਡੇਜ਼ ਹੁੰਦੇ ਨੇ ਸਾਨੂੰ ਉਹਦੇ ਵਿੱਚ ਤਾਂ ਅਸੀਂ ਬਹੁਤ ਪ੍ਰੈਕਟਿਸ ਕਰਦੇ ਹਾਂ ਜਾਂ ਤਿਆਰੀ ਕਰਦੇ ਹਾਂ, ਸਾਡੇ ਟੀਚਰਸ ਤਿਆਰੀ ਕਰਵਾਉਂਦੇ ਨੇ, ਪਰ ਉਸ ਤੋਂ ਬਾਅਦ ਕਈ ਵਾਰੀ ਅਸੀਂ ਭੁੱਲ ਵੀ ਜਾਂਦੇ ਕਿ ਪੜਤਾਲ ਕਿਵੇਂ ਗਾਈ ਸੀ, ਕਿਵੇਂ ਕੀਤੀ ਸੀ, ਹੁਣ ਤਾਂ ਤਾਲਾਂ ਹੀ ਨਹੀਂ ਪਤਾ ਲੱਗ ਰਹੀਆਂ। ਉਹਦੇ ਲਈ ਇਹ ਹੈ ਕਿ ਅਸੀਂ ਜਦੋਂ ਤੱਕ ਉਹਦੇ ਨਾਲ ਹਮੇਸ਼ਾ ਲਈ ਨਹੀਂ ਜੁੜਾਂਗੇ। ਸਾਨੂੰ ਸਾਡੇ ਟੀਚਰਸ ਕਹਿੰਦੇ ਹੁੰਦੇ ਸੀ ਕਿ ਮਿਊਜ਼ਿਕ ਦੇ ਵਿੱਚ ਤੁਸੀਂ ਡੇਲੀ ਐਮ ਫਿਲ ਤੇ ਪੀ ਐਚ ਡੀ ਕਰਦੇ ਹੋ, ਇਹਦੇ ਚ ਇਹ ਨਹੀਂ ਹੈ ਕਿ ਤੁਸੀਂ ਇੱਕ ਵਾਰੀ ਕਰ ਲਈ ਤੇ ਤੁਸੀਂ ਹਮੇਸ਼ਾ ਲਈ ਬਹੁਤ ਵਧੀਆ ਹੀ ਹੋਵੋਗੇ। ਅੱਜ ਜੇਕਰ ਬਹੁਤ ਵਧੀਆ ਹੋ, ਕੱਲ ਤੁਸੀਂ ਪ੍ਰੈਕਟਿਸ ਛੱਡ ਦਿੱਤੀ ਹੈ ਤੇ ਦੈਨ ਤੁਸੀਂ ਕੋਈ ਜ਼ਰੂਰੀ ਨਹੀਂ ਹੈ ਕਿ ਪਰਸੋਂ ਠੀਕ ਗਾਓਗੇ। ਇਸ ਲਈ ਸੰਗੀਤ ਦੇ ਵਿੱਚ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਹਮੇਸ਼ਾ ਥੋੜ੍ਹਾ 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 ਕਰਦੇ ਰਹੋ। ਇਸ ਲਈ ਅੱਗੇ ਜੀ ਡਾਕਟਰ ਗੁਰਨਾਮ ਸਿੰਘ ਜੀ, ਪੰਜਾਬ ਯੂਨੀਵਰਸਿਟੀ, ਆਪਾਂ ਸਾਰੇ ਜਾਣਦੇ ਹਾਂ ਕਿ ਇਹ ਵੀ ਜਦੋਂ ਆਪਣੇ ਜਥਿਆਂ ਨਾਲ ਪ੍ਰਸਤੁਤੀ ਕੀਰਤਨ ਗਾਇਨ ਕਰਦੇ ਨੇ ਤੇ ਬਹੁਤ ਜ਼ਿਆਦਾ ਵਾਰੀ ਪੜਤਾਲਾਂ ਨੂੰ ਇਹ ਆਪਣੇ ਕੀਰਤਨੀ ਚੌਂਕੀ ਦੇ ਕੀਰਤਨ ਚੌਂਕੀ ਦੇ ਅੰਤਰਗਤ ਰੱਖਦੇ ਨੇ, ਜਿਨ੍ਹਾਂ ਨੂੰ ਫਿਰ ਸਿੱਖ ਸੰਗਤਾਂ ਨੂੰ ਗੁਰਮਤਿ ਸੰਗੀਤ ਦੀ ਵਿਰਾਸਤ ਨਾਲ ਜੋੜਨ ਦਾ ਇੱਕ ਯਤਨ ਕਰ ਰਹੇ ਨੇ ਡਾਕਟਰ ਗੁਰਨਾਮ ਸਿੰਘ ਹੋਰੀ। ਇਸੇ ਤਰ੍ਹਾਂ ਪੁਰਾਤਨ ਸਾਡੇ ਕੀਰਤਨੀ ਹੈ, ਹੁਣੀ ਪਿੱਛੇ ਜੇ ਆਪਣੇ ਪ੍ਰੋਫੈਸਰ ਕਰਤਾਰ ਸਿੰਘ ਜੀ ਦੀ ਡੈਥ ਹੋਈ ਹੈ, ਉਹ ਵੀ ਇਹ ਜਿਹੀਆਂ ਪੜਤਾਲ ਗਾਇਨ ਸ਼ੈਲੀਆਂ ਨੂੰ ਬਹੁਤ ਜ਼ਿਆਦਾ ਸੰਗਤ ਦੇ ਵਿੱਚ ਪ੍ਰਚਾਰਿਆ ਅਤੇ ਆਪਣੇ ਸਿੱਖਿਆਰਥੀਆਂ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਇਸ ਜਿਹੜੀ ਇੱਕ ਨਿਵੇਕਲੀ ਵਿਸ਼ੇਸ਼ਤਾ ਵਾਲੀ ਜਿਹੜੀ ਗਾਇਨ ਸ਼ੈਲੀ ਉਹਦੇ ਨਾਲ ਜੋੜਿਆ। ਇਸੇ ਤਰ੍ਹਾਂ ਭਾਈ ਅਵਤਾਰ ਸਿੰਘ, ਗੁਰਚਰਨ ਸਿੰਘ ਜੀ, ਉਹਨਾਂ ਦੀਆਂ ਬਹੁਤ ਸਾਰੀਆਂ ਪੜਤਾਲਾਂ ਵੀ ਅੱਜ ਸੁਣਨ ਨੂੰ ਮਿਲਦੀਆਂ ਨੇ। ਸੋ ਇਹਨਾਂ ਵਿਦਵਾਨਾਂ ਨੇ ਇਹ ਵਿਲੱਖਣ ਗਾਇਨ ਸ਼ੈਲੀਆਂ ਨੂੰ ਬਹੁਤ ਹੀ ਪ੍ਰਚਾਰਿਆ ਅਤੇ ਪ੍ਰਸਾਰਿਆ। ਸੋ ਬਹੁਤ ਖਾਸ ਗੱਲ ਹੈ ਜੀ ਕਿ ਪੜਤਾਲ ਗਾਇਨ ਅੰਗ, ਇਹ ਥੋੜਾ ਜਿਹਾ ਮਿਊਜ਼ਿਕਲੀ ਇਸ ਚੀਜ਼ ਨੂੰ ਸਮਝਣਾ ਪਏਗਾ ਸਾਨੂੰ ਕਿ ਗਾਇਕੀ ਦੇ ਅੰਗ ਕੀ ਨੇ। ਧਰੁਪਦ ਅੰਗ, ਖਿਆਲ ਅੰਗ, ਧਰੁਪਦ ਅਤੇ ਖਿਆਲ ਅੰਗ ਦੋਨੋਂ। ਧਰੁਪਦ ਅੰਗ ਤੁਸੀਂ ਜੇ ਧਿਆਨ ਦਵੋ, ਕਦੀ ਤੁਸੀਂ ਕੀਰਤਨ ਸੁਣਿਆ ਹੋਏਗਾ ਪੁਰਾਤਨ ਕੀਰਤਨ ਤੇ ਉਹ ਨਾ ਖੁੱਲੇ ਬੋਲ ਵੱਜਦੇ ਹੁੰਦੇ ਸੀ, ਜ਼ੋਰ ਜ਼ੋਰ ਦੀ ਪਖਾਵਜ ਜਾਂ ਜੋੜੀ ਦੇ ਉੱਤੇ ਆਟਾ ਲਾ ਕੇ ਖੁੱਲੇ ਬੋਲ ਵਜਾਏ ਜਾਂਦੇ ਸੀ ਤੇ ਬੜਾ ਹੀ ਸਲੋ ਸਲੋ ਗਾਇਨ ਹੁੰਦਾ ਸੀਗਾ ਉਹ। ਤੁਸੀਂ ਕੀਰਤਨ ਜਦੋਂ ਆਪਾਂ ਅੱਗੇ ਸੁਣਨਾ ਹੈ ਤੇ ਉਹਦੇ ਵਿੱਚ ਵੀ ਤੁਹਾਨੂੰ ਦਿਖੇਗਾ। ਧਰੁਪਦ ਕਹਿੰਦੇ ਆ ਧਰੁਵ ਤਾਰੇ ਵਾਂਗੂ ਇੰਡੀਅਨ ਕਲਾਸੀਕਲ ਮਿਊਜ਼ਿਕ ਦੇ ਵਿੱਚ, ਕਿ ਅਟਲ ਪਦ ਭਾਵ ਕਿ ਉਹਦੇ ਵਿੱਚ ਟਿਕੀ ਹੋਈ ਗਾਇਕੀ, ਕਿ ਐਨ ਫੋਰਸਫੁਲੀ ਵੋਇਸਿਸ ਦੇ ਵਿੱਚ ਟਿਕੀ ਹੋਈ ਗਾਇਕੀ, ਉਹਨੂੰ ਆਪਾਂ ਧਰੁਪਦ ਅੰਗ ਕਹਿੰਦੇ ਹਾਂ। ਪਰ ਕੀਰਤਨ ਦੇ ਵਿੱਚ ਅੱਜ ਜਿਹੜਾ ਅੰਗ ਪ੍ਰਚਲਿਤ ਹੈ ਉਹ ਹੈ ਖਿਆਲ ਅੰਗ। ਖਿਆਲ ਤੋਂ ਭਾਵ ਇੱਕ ਤੁਹਾਡੀ ਸੋਚ ਕੀ ਹੈ ਸੋਫਟ ਗਾਇਕੀ ਧਰੁਪਦ ਦੇ ਨਾਲੋਂ। ਸੋ ਪਹਿਲਾਂ ਜਿਹੜਾ ਕੀਰਤਨ ਸੀ ਅੱਜ ਤੋਂ 200-250 ਸਾਲ ਪਹਿਲਾਂ, ਉਹ ਧਰੁਪਦ ਅੰਗ ਦੇ ਨਾਲ ਹੀ ਕੇਵਲ ਤਾਂ ਕੇਵਲ ਕੀਤਾ ਜਾਂਦਾ ਸੀ। ਪਰ ਅਜੋਕੀ ਕੀਰਤਨੀ ਜਾਂ ਅੱਜ ਦੇ ਵਿਦਵਾਨ ਸੱਜਣ ਜਿੰਨੇ ਵੀ ਨੇ, ਬਹੁਤ ਜ਼ਿਆਦਾ ਕਿ 99% ਕੀਰਤਨ ਜਿਹੜਾ ਉਹ ਖਿਆਲ ਅੰਗ ਦੇ ਨਾਲ ਹੁੰਦਾ ਹੈ। ਪਰ ਜਦੋਂ ਹੀ ਗੱਲ ਪੜਤਾਲ ਗਾਇਨ ਸ਼ੈਲੀ ਦੀ ਆਉਂਦੀ ਹੈ ਉਹਦੇ ਵਿੱਚ ਸਾਡੇ ਵਿਦਵਾਨਾਂ ਨੇ ਥੋੜ੍ਹਾ ਜਿਹਾ ਕਹਿ ਸਕਦੇ ਕਿ ਪੁਰਾਤਨ ਜਿਹੜੇ ਅੰਗ ਨੇ ਧਰੁਪਦ ਅੰਗ ਨੂੰ ਬਚਾਇਆ ਹੋਇਆ ਹੈ, ਕਿ ਕਈ ਵਾਰੀ ਸਾਨੂੰ ਧਰੁਪਦ ਅੰਗ ਦੀਆਂ ਵੀ ਪੜਤਾਲਾਂ ਸੁਣਨ ਨੂੰ ਮਿਲਦੀਆਂ ਨੇ, ਖਿਆਲ ਅੰਗ ਦੀਆਂ ਵੀ ਮਿਲਦੀਆਂ ਨੇ, ਤੇ ਬਹੁਤ ਜ਼ਿਆਦਾ ਜਿਹੜੀ ਫੇਮਸ ਹੈਗੀ ਹੈ ਉਹ ਧਰੁਪਦ ਅਤੇ ਖਿਆਲ ਦੋਨੋਂ ਦੇ ਸੁਮੇਲ ਨਾਲ ਪੜਤਾਲਾਂ ਸਾਨੂੰ ਗਾਇਨ ਨੂੰ ਸੁਣਨ ਨੂੰ ਮਿਲਦੀਆਂ ਨੇ। ਸੋ ਇਸੇ ਸੰਦਰਭ ਦੇ ਵਿੱਚ ਆਪਾਂ ਵੀ ਜਿਹੜੀ ਅੱਜ ਦੀ ਪੜਤਾਲ ਮੈਂ ਦੋ ਰੱਖੀਆਂ ਨੇ ਇਹਦੇ ਵਿੱਚ, ਸੋ ਉਹਦੇ ਵਿੱਚ ਧਰੁਪਦ ਅੰਗ ਵੀ ਹੈ ਅਤੇ ਖਿਆਲ ਅੰਗ ਦੀ ਵੀ ਪੜਤਾਲਾਂ ਹੈਗੀਆਂ ਨੇ। ਸੋ ਪੜਤਾਲ ਗਾਇਨ ਵੇਲੇ ਧਿਆਨ ਰੱਖਣ ਵਾਲੀਆਂ ਕੁਝ ਗੱਲਾਂ ਜੋ ਹੁਣ ਤੱਕ ਆਪਾਂ ਨੇ ਡਿਸਕਸ ਕੀਤਾ ਉਹਦੇ ਵਿੱਚੋਂ ਮੇਨ ਪੁਆਇੰਟਸ ਕੀ, ਰਹਾਉ ਦੀ ਤੁਕ ਨੂੰ ਆਪਾਂ ਨੇ ਸਥਾਈ ਬਣਾਉਣਾ, ਗਾਇਨ ਆਰੰਭ ਕਰਨ ਤੋਂ ਪਹਿਲਾਂ ਹਾਂ ਜਿਹੜੀ ਗੱਲ ਖਾਸ ਹੈਗੀ ਹੈ ਕਿ ਜਦੋਂ ਵੀ ਪੜਤਾਲ ਦਾ ਗਾਇਨ ਕਰਨ ਕੀਰਤਨੀਏ ਜਾਂ ਕੋਈ ਵੀ ਸਿੱਖਿਆਰਥੀ ਜਾਂ ਸੰਗਤ ਦੇ ਵਿੱਚੋਂ ਕੋਈ, ਕਿਉਂਕਿ ਉਹਦੇ ਵਰਡਸ ਮੁਸ਼ਕਿਲ ਨੇ, ਉਸ ਦੇ ਲਈ ਸਭ ਤੋਂ ਪਹਿਲਾਂ ਕੀ ਕਰਨ ਕਿ ਉਹ ਇੱਕ ਵਾਰੀ ਨਾ ਪਾਠ ਕਰਕੇ ਸੁਣਾ ਦੇਣ, ਜਾਂ ਅੱਜ ਕੱਲ੍ਹ ਸਕਰੀਨਸ ਬਹੁਤ ਲੱਗ ਗਏ ਨੇ ਗੁਰੂ ਘਰਾਂ ਦੇ ਵਿੱਚ ਕਿ ਪਾਠ ਉਹਦਾ ਨਾਲ ਨਾਲ ਚੱਲਦਾ ਰਹੇ ਤੇ ਉਹ ਗਾਇਨ ਜਿਹੜੇ ਕਿ
शब्द हैगी है, शब्द दे बोल ने वो सानू समझ दे विच आए जान। तीसरा है जी, केवल पड़ताल दे शब्दा ही पड़ताल शैली विच कीर्तन कीता जावे। कई बारी देखा गया है कि पड़ताल ते गाउंदे ने, तालां दा मुड़ मुड़ परतना भी करदे ने, पर की करदे ने, कोई सिंपल शब्द लै लैंदे ने, जिवें भाव के जिवें आपां इक राखा एक हमारा स्वामी आपां एग्जाम्पल ही लिया सीगा, वह शब्द नूं लै लिया क्योंकि उहदे विच तालां नूं चेंज करना सौखा है, उहदी काव्य छंदाबंदी दे अनुसार जिहड़ी मर्जी ताल दे विच फिट कर दो हो जांदा है। सो इस लई पड़ताल ते कहिंदे सी गा रहे, पर वो उहदा सिरलेख जिहड़ा है गुरु रामदास पातशाह जी दीआं पड़तालां विचों नहीं हुंदा, जां गुरु अर्जन पातशाह जी दे पड़तालां दे विचों नहीं हुंदा, वह केवल एक सिंपल जिवें कह सकते छंदाबंदी वाला शब्द लैके उहनूं पड़ताल कह के गाई जांदे ने। सो वह भी करना गलत है। जिथे गुरु साहब ने सानू टाइटल दिता है पड़ताल शैली का, उस उन्हां शब्दां नूं ही आपां ने पड़ताल दे विच कीर्तन कीता जावे, यह भी ध्यान रखा जाए। सो कोशिश की जाए कि शब्द के जिन्ने अंतरे होण उन्नियां ही तालां वरतियां जा, जिहड़ी कि आपां पहलां भी डिस्कस कीती है, कोशिश करनी चाहीदी सानू। पर क्योंकि कई सारियां कंपोजिशनां सानू डिफरेंट डिफरेंट तालां दे विच अंतरियां दे विच ही मिलदियां ने, इस करके सानू देखो पुरातन साडे कोल खजाना भी उही है, रेफरेंसेस भी उही ने, पर सानू कोशिश करनियां चाहीदियां कि असी एक ताल ही रखिए छंदाबंदी दे अनुसार, जिहदे विच कि आपां एक अंतरे नूं गायन कर सकीए। अते लास्ट जिहड़ी गल आपां ने ध्यान रखनी है, शब्द दे बोल जिहड़े ने, जिहड़ी कि सब तों मेन चीज है साडा, क्योंकि आपां ने इह सानू जिन्नियां वी गायन शैलियां गुरु साहिब ने दित्तियां उह केवल तां केवल शब्द दे नाल जुड़न लई वख 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 तरीके दिते सन, गायन शैलियां दित्तियां सानू, वारां दित्तियां। सो इस तरह नाल असी केवल तां केवल राग दित्ते कि असी सौखे तरीके नाल गुरबाणी नूं समझ सकीए, ना कि उहनूं होर आपां डिफिकल्ट बनाईए। सो इसे लई शब्द दे बोल बहुत ही स्पष्ट होण अते विश्राम जिहड़े ने उह बिल्कुल ठीक होवे, नहीं ते शब्दां दा अर्थ दा अनर्थ बन जाएगा। सो इन्हां खास गल्लां विच सानू ध्यान रखदिआं होइआं उस तों बाद सानू गायन आरंभ करना चाहीदा। सो आओ जी आपां वी गायन आरंभ कर रहे हैं। सो सब तों पहला राग जिहड़ा मैं लिआ है जी उह राग है, वैसे तां लिखिआ आंदा है सारग। जदों आपां देखिए कि राग तरतीब दे विच उह लिखिआ आंदा है सारग, पर आपां इहनूं संगीतक लैंग्वेज दे विच आपां इंज कहिंदे हां राग सारंग, सारे रंग जिहदे विच ने। सो गुरु ग्रंथ साहिब जी दा 26वां राग है जी, इस राग नूं 26वां स्थान प्राप्त है। इस राग विच बाणी पन्ना नंबर 1197 तों आरंभ होके पन्ना नंबर 1253 तक है जी। राग सारंग महला चौथा घर पंजवां दुप दे पड़ताल दे सिरलेख हेठ, भाव चौथे पातशाह जी दा जिहड़ा हैगा जी इहदे विच 6 शब्द अते पंजवें पातशाह जी दे 10 शब्द, भाव पूरे 16 शब्द इस राग दे विच पड़ताल सिरलेख हेठ श्री गुरु ग्रंथ साहिब जी दे विच दर्ज ने। इह एक बड़ा ही मधुर, बड़ा ही सोहना अते लोकप्रिय राग कि लोकां नूं बड़ा ही छेती समझ आ जांदा कि सारंग, जिहड़े कि थोड़ी जी भी नॉलेज रखते ने उहनां नूं पता लग जांदा कि इह सारंग राग है। भारतीय शास्त्र संगीत विच इस राग नूं सारंग नूं विंद्रावनी सारंग नां नाल जाणिया जांदा है। उत्थे आपां जे सारंग कहांगे ते उत्थे इक शुद्ध सारंग राग नाम दा राग भी हैगा, पर जे उत्थे तुसीं कहोगे विंद्रावनी सारंग इट मीनस वह गुरबाणी संगीत का सारंग अते इंडियन क्लासिकल म्यूजिक का विंद्रावनी सारंग वह इको ही राग ने, बस नावों का ही फर्क है। एक राग है जी मदमाद सारंग अते विंद्रावनी सारंग, दोहां रागां विच गाधा वर्जे तै। मदमाद सारंग अते विंद्रावनी सारंग या इंज कह लिए गुरबाणी संगीत का सारंग राग बिल्कुल ही सिमिलर ने। जे मैं स्वरां की दृष्टि तो दसा ते मदमाद सारंग विच केवल तां केवल कोमल नी लगदी है अते विंद्रावनी सारंग दे विच दोनों नी दा प्रयोग कीता जांदा है। सो इस दे नदात्मक स्वरूप आप जी दे स्क्रीन ते ने, आप जी देख सकदे हो, एक काफी थाट तों उपजिया होया राग है।
ਇਸਦਾ ਵਾਦੀ ਰੇ ਸੰਵਾਦੀ ਪਾ ਜਾਤੀ ਔੜਵ 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 ਤੋਂ ਭਾਵ ਇੱਥੇ ਹੁੰਦਾ ਕਿ ਰਾਗ ਦੇ ਵਿੱਚ ਕਿੰਨੇ ਸਵਰ ਆਰੋ ਭਾਵ ਕਿ ਨੀਚੇ ਤੋਂ ਉੱਪਰ ਜਾਣ ਵਿੱਚ ਲੱਗਦੇ ਨੇ ਤੇ ਕਿੰਨੇ ਸਵਰ ਅਵਰੋ ਵਿੱਚ ਲੱਗਦੇ ਨੇ ਉੱਪਰ ਤੋਂ ਨੀਚੇ ਆਉਣ ਦੇ ਵਿੱਚ ਲੱਗਦੇ ਨੇ ਸੋ ਇਸ ਤਰ੍ਹਾਂ ਔੜਵ ਤੋਂ ਭਾਵ ਹੁੰਦਾ ਹੈ ਫਾਈਵ ਤਿੰਨ ਤਰ੍ਹਾਂ ਦੀਆਂ ਜਾਤੀਆਂ ਹੁੰਦੀਆਂ ਨੇ ਇੱਕ ਔੜਵ ਪੰਜ ਸਵਰ ਔੜਵ ਦਾ ਮਤਲਬ ਪੰਜ ਸਵਰ ਸ਼ਾੜਵ ਉਸਦਾ ਮਤਲਬ ਛੇ ਸਵਰ ਸੰਪੂਰਨ ਤੋਂ ਭਾਵ ਸੈਵਨ ਸਵਰ ਸੋ ਇਸ ਤਰ੍ਹਾਂ ਇਸਦੀ ਜਾਤੀ ਔੜਵ ਔੜਵ ਭਾਵ ਜਾਂਦਿਆਂ ਵੀ ਪੰਜ ਸਵਰ ਆਉਂਦਿਆਂ ਵੀ ਪੰਜ ਸਵਰ ਅਤੇ ਇਸਦਾ ਗਾਇਨ ਸਮਾਂ ਜਿਹੜਾ ਹੈਗਾ ਉਹ ਦੁਪਹਿਰ ਦਾ ਹੈਗਾ ਦਿਨ ਦਾ ਤੀਜਾ ਪਹਿਰ ਆਮ ਕਰਕੇ ਆਪਾਂ ਦੁਪਹਿਰੇ ਜਦੋਂ ਵੀ ਕਿਸੇ ਅੰਤਮ ਅਰਦਾਸ ਦੇ ਵਿੱਚ ਜਾਈਏ ਤੇ ਸਾਨੂੰ ਆਮ ਕਰਕੇ ਜਾਂ ਦੁਪਹਿਰ ਦਾ ਕੋਈ ਵੀ ਕੀਰਤਨ ਹੁੰਦਾ ਹੋਵੇ ਜਾਂ ਦਰਬਾਰ ਸਾਹਿਬ ਜੇ ਕਿਤੇ ਕੀਰਤਨ ਸੁਣਿਆ ਹੋਵੇ ਤੇ ਦੁਪਹਿਰੇ ਜਿਹੜਾ ਹੈ ਆਮ ਕਰਕੇ ਸਾਰੰਗ ਰਾਗ ਜਿੰਨੇ ਵੀ ਕੀਰਤਨੀਏ ਨੇ ਉਹ ਆਮ ਕੀਰਤਨੀਏ ਨੇ ਜਿਹੜੇ ਰਾਗਾਂ ਦੇ ਧਨੀ ਨੇ ਉਹ ਵੀ ਗਾਉਂਦੇ ਨੇ ਤੇ ਆਮ ਜਿਹੜੇ ਸਿੱਖਿਆਰਥੀ ਨੇ ਉਹ ਵੀ ਇਹਨਾਂ ਰਾਗਾਂ ਦਾ ਦੁਪਹਿਰ ਵੇਲੇ ਕੀਰਤਨ ਕਰਦੇ ਨੇ ਸੋ ਆਓ ਜੀ ਆਪਣਾ ਸ਼ਬਦ ਆ ਚੁੱਕਾ ਹੈ ਜੀ ਰਾਗ ਸਾਰੰਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਸ਼ਬਦ ਕਰਤ ਕੇਲ ਬਿਖੈ ਮੇਲ ਚੰਦਰ ਸੂਰ ਮੋਹੇ ਉਪਜਤਾ ਬਿਕਾਰ ਦੁੰਦਰ ਨੌ ਪਰੀ ਝੁਨੰਤ ਕਾਰ ਸੁੰਦਰ ਅਨਿਗ ਭਾਵ ਕਰਤ ਫਿਰਤ ਬਿਨ ਗੋਪਾਲ ਧੋਹੇ ਸੋ ਇਹ ਸ਼ਬਦ ਆਮ ਕਰਕੇ ਸਾਨੂੰ ਸੁਣਨ ਦੇ ਵਿੱਚ ਨਹੀਂ ਮਿਲਦਾ ਪਰ ਇੱਕ ਪੁਰਾਤਨ ਕੰਪੋਜੀਸ਼ਨ ਹੈ ਜਿਹੜੀ ਕਿ ਮੈਂ ਇੱਥੇ ਗਾਈ ਹੋਈ ਹੈ ਤੇ ਇਸ ਦੇ ਵਿੱਚ ਵੀ ਅਸਥਾਈ ਇੱਕ ਤਾਲ ਦੇ ਵਿੱਚ ਹੈ ਭਾਵ ਕਿ ਚਾਰ ਤਾਲ ਦੇ ਵਿੱਚ ਨਿਬੱਧ ਕੀਤੀ ਗਈ ਹੈ ਅਤੇ ਪਹਿਲੇ ਅੰਤਰੇ ਨੂੰ ਦੋ ਤਾਲਾਂ ਦੇ ਵਿੱਚ ਨਿਬੱਧ ਕੀਤਾ ਗਿਆ ਹੈ ਪਹਿਲਾ ਹੈ ਜੀ ਧਮਾਰ ਤਾਲ ਅਤੇ ਦੂਸਰੀ ਤਾਲ ਜਿਹੜੀ ਅੰਤਰੇ ਦੇ ਵਿੱਚ ਯੂਜ਼ ਕੀਤੀ ਗਈ ਹੈ ਉਹ ਆੜਾ ਚਾਰ ਤਾਲ ਇਸੇ ਤਰ੍ਹਾਂ ਦੂਸਰੇ ਅੰਤਰੇ ਦੇ ਵਿੱਚ ਪਹਿਲੀ ਤਾਲ ਹੈ ਰੂਪਕ ਅਤੇ ਦੂਸਰੀ ਤਾਲ ਹੈ ਇੱਕ ਤਾਲ ਇਸ ਤਰ੍ਹਾਂ ਇਸ ਸ਼ਬਦ ਦੇ ਵਿੱਚ ਪੰਜ ਤਾਲਾਂ ਦਾ ਉਪਯੋਗ ਕੀਤਾ ਗਿਆ ਹੈ ਸੋ ਆਓ ਪਿਆਰ ਨਾਲ ਸ਼ਰਵਣ ਕਰਦੇ ਹਾਂ ਜੀ ਸ਼ਬਦ ਦੀ ਆਵਾਜ਼ ਆਉਣੀ ਬੰਦ ਹੋ ਗਈ ਹੈ ਜੀ
लपटाए रही काच करम ना जत सही ना जत सही ना जत सही ਸੀ ਜੀ ਰਾਗ ਸਾਰੰਗ ਦੇ ਵਿੱਚੋਂ ਇੱਕ ਪੜਤਾਲ ਸੋ ਇਸ ਤਰ੍ਹਾਂ ਸਾਨੂੰ ਜਿਹੜਾ ਪੜਤਾਲ ਗਾਇਨ ਹੈ ਉਹ ਕਿੱਥੇ ਕਿੱਥੇ ਸੁਣਨ ਨੂੰ ਮਿਲ ਜਾਂਦਾ ਉਹਦੇ ਬਾਰੇ ਇੱਕ ਵਾਰੀ ਥੋੜ੍ਹੀ ਜਿਹੀ ਵਿਚਾਰ ਕਰ ਲਈ ਕਿ ਜਦੋਂ ਹੋਲੇ ਮਹੱਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਜਦੋਂ ਦੀਵਾਨ ਸੱਜਦੇ ਨੇ ਉਦੋਂ ਆਪ ਜੀ ਨੂੰ ਇਹ ਪੜਤਾਲ ਗਾਇਨ ਸ਼ੈਲੀ ਸੁਣਨ ਨੂੰ ਮਿਲ ਜਾਂਦੀ ਹੈ ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੇ ਉੱਤੇ ਵੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਜਦੋਂ ਕੀਰਤਨ ਗਾਇਨ ਕੀਤਾ ਜਾਂਦਾ ਹੈ ਉਸ ਸਮੇਂ ਵੀ ਆਪ ਜੀ ਨੂੰ ਪੜਤਾਲ ਗਾਇਨ ਸ਼ੈਲੀ ਸੁਣਨ ਨੂੰ ਮਿਲ ਜਾਂਦੀ ਹੈ ਗੁਰਮਤਿ ਸੰਗੀਤ ਉਤਸਵ ਜਿਹੜਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਹੁੰਦਾ ਹੈ ਜੀ ਉੱਥੇ ਵੀ ਆਪ ਜੀ ਨੂੰ ਪੜਤਾਲ ਗਾਇਨ ਸ਼ੈਲੀ ਸੁਣਨ ਨੂੰ ਮਿਲ ਜਾਂਦੀ ਹੈ ਚੌਥਾ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਜਿਹੜਾ ਕਿ ਜਵੱਦੀ ਟਕਸਾਲ ਜਵੱਦੀ ਕਲਾਂ ਲੁਧਿਆਣਾ ਵਿਖੇ ਹੁੰਦਾ ਹੈ ਉੱਥੇ ਵੀ ਆਪ ਜੀ ਨੂੰ ਪੜਤਾਲ ਗਾਇਨ ਸੁਣਨ ਨੂੰ ਮਿਲ ਜਾਏਗਾ ਅਤੇ ਜਿਵੇਂ ਕਿ ਆਪਾਂ ਪਹਿਲਾਂ ਵੀ ਵਿਚਾਰਿਆ ਸੀਗਾ
कि यूथ फेस्टिवल्स दे विच विद्यार्थी वर्ग द्वारा शब्द गायन मुकाबलियां विच पड़ताल पड़ताल दा जिहड़ा गायन वो आप जी नूं आम करके सुनन दे विच मिल जांदा है। सो इसे तरह राग कानड़ा दे विच एक पड़ताल जिहड़ी कि मैनूं लगदा प्रॉपरली जिहड़ा कि एक पड़ताल गायन दा वे हैगा कि हर अंतरियां दे विच इको ताल नूं यूज करना है। सो ओ आपां ने राग कानड़ा दे विच सुनना है जी। राग कानड़ा नूं 28वां स्थान प्राप्त है अते इस राग विच बाणी जिहड़ी है 1294 पन्ना नंबर तों आरंभ हुंदी है। सो राग कानड़ा दे विच चौथे पातशाह जी दे 6 शब्द दर्ज हन 1296 तों लेके 1298 तक। भारतीय शास्त्र संगीत विच इस राग नूं नायकी कानड़ा नाम नाल जाणिया जांदा है। इस राग दा गायन वादन दा जिहड़ा समां है ओह रात दा दूसरा प्रहर है जी। आओ इस राग विच भी एक शब्द हर जस गावो भगवान जस गावत पाप लहान मत गुरमत सुन जस कान हर हो किरपान इस शब्द दा आपां गायन सरवण करदे हां। वाहे गुरु हर जस गावो साधु सुख पावे ते साधु सुख पावे जप हर हर नाम निदान जप हर हर नाम करें प्रभु तेरिया उस्तत करें प्रभु तेरिया मिल साधु साध जना गुरु सत गुरु भगवान 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 सुन जस कान हर हो केर
पान हर हो केर पान हर जस गावो भगवान 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 जिन के सिंध ते भगत हर जान ते भगत हर जान तीन सेवा हम लाए हरे हम लाए हरे नानक के हर तू भगवान तू भगवान जी तू भगवान सुन जस कान हर हो केर पान हर हो केर पान हर जस गावो भगवान 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 ਸੋ ਏ ਸੀ ਜੀ ਰਾਗ ਕਾਨੜਾ ਦੇ ਵਿੱਚ ਇੱਕ ਪੜਤਾਲ ਸੋ ਇਸ ਤਰ੍ਹਾਂ ਜਿਹੜੀ ਕਿ ਖਾਸ ਗੱਲ ਕੀਰਤਨਕਾਰ ਦੇ ਲਈ ਕਿ ਜਿੱਥੇ ਪੜਤਾਲ ਸ਼ਬਦ ਗਾਇਨ ਰਾਹੀਂ ਕੀਰਤਨਕਾਰ ਦੀ ਰਾਗਾਤਮਕ ਅਤੇ ਤਾਲਾਤਮਕ ਪ੍ਰਤਿਭਾ ਪ੍ਰਗਟ ਹੁੰਦੀ ਹੈ ਉੱਥੇ ਇਹਨਾਂ ਸ਼ਬਦ ਰਚਨਾਵਾਂ ਵਿੱਚ ਕੀਰਤਨੀਏ ਨੂੰ ਲੋਕ ਪਰਲੋਕ ਸੁਹੇਲਾ ਬਣਾਉਣ ਹਿੱਤ ਆਪੇ ਦੀ ਪੜਤਾਲ ਕਰਨ ਦਾ ਵੀ ਇਸ਼ਾਰਾ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ ਕਿ ਜਿਹੜਾ ਗੁਰਬਾਣੀ ਦਾ ਮੇਨ ਫੋਕਸ ਹੈ ਕਿ ਗੁਰਬਾਣੀ ਇੱਕ ਜੀਵਨ ਜਾਚ ਹੈ ਇਹਨਾਂ ਪੜਤਾਲਾਂ ਠੀਕ ਹੈ ਇੱਕ ਪ੍ਰਾਈਡ ਹੈ ਸਾਡੀ ਸਾਡਾ ਕੀਰਤਨ ਇਸ ਪੱਧਰ ਦਾ ਹੈ ਕਿ ਇਸ ਦੁਨੀਆਂ ਦੇ ਵਿੱਚ ਉਹਦਾ ਮੁਕਾਬਲਾ ਕੋਈ ਨਹੀਂ ਹੈ ਪੜਤਾਲਾਂ ਦਾ ਗਾਇਨ ਹੈ ਪਰ ਜਿਹੜੀ ਮੇਨ ਫੋਕਸ ਹੈ ਕਿ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਨੂੰ ਵੀ ਧਿਆਨ ਦੇ ਵਿੱਚ ਰੱਖਦਿਆਂ ਸਵੈ ਪੜਚੋਲ ਕਰਨਾ ਆਪਣੇ ਅੰਦਰ ਪੜਤਾਲ ਕਰਨੀ ਜਾਂਚ ਪਰਖ ਕਰਨੀ ਕਿ ਸਹੀ ਦੇ ਵਿੱਚ ਕੀ ਜਿਹੜਾ ਸਾਡਾ ਇਸ ਜੀਵਨ ਦੇ ਵਿੱਚ ਆਉਣਾ ਹੈਗਾ ਕਿ ਉਹ ਸਫਲਾ ਜਾਂ ਫਿਰ ਉਸ ਗੋਲ ਵਿੱਚ ਅਸੀਂ ਅੱਗੇ ਵੱਧ ਰਹੇ ਹਾਂ ਕਿ ਨਹੀਂ ਵੱਧ ਰਹੇ ਹਾਂ ਜਿੱਥੇ ਸੰਗੀਤਕ ਤੌਰ ਤੇ ਅਸੀਂ ਪੜਤਾਲ ਗਾਇਨ ਕਰਨਾ ਇੱਕ ਗੁਣਵੱਤਾ ਦਾ ਪ੍ਰਤੀਕ ਹੈ ਕਿ ਇਹ ਕੀਰਤਨੀਆ ਜਿਹੜਾ ਇਹਦਾ ਤਾਲ ਅਤੇ ਰਾਗ ਦੇ ਵਿੱਚ ਪੂਰੀ ਇਹਦੀ ਪਕੜ ਹੈਗੀ ਹੈ ਕਿ ਇਸੇ ਤਰ੍ਹਾਂ ਸਾਡੀ ਜਿਹੜੀ ਆਪਣੇ ਗੋਲ ਵੱਲ ਵਧਣ ਦੀ ਜਿਹੜੀ ਸਾਡੀ ਉਤਸੁਕਤਾ ਹੈ ਜਾਂ ਉਸ ਗੋਲ ਵੱਲ ਵਧਣ ਲਈ ਅਸੀਂ ਜਿਹੜੇ ਕੰਮ ਕਰ ਰਹੇ ਹਾਂ ਕਿ ਉਹ ਪੂਰੀ ਤਨਦੇਹੀ ਦੇ ਨਾਲ ਪੂਰੀ ਸ਼ਿੱਦਤ ਦੇ ਨਾਲ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਹਾਂ ਇਸ ਦੀ ਪੜਤਾਲ ਕਰਨ ਦਾ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਸ਼ਬਦਾਂ ਰਾਹੀਂ ਇੱਕ ਇਸ਼ਾਰਾ ਇਹ ਗਾਇਨ ਸ਼ੈਲੀ ਦੇ ਰਾਹੀਂ ਇੱਕ ਪੜਤਾਲ ਕਰਨੀ
ਸਾਨੂੰ ਅੰਦਰ ਵੀ ਝਾਤ ਮਾਰਨ ਦੀ ਇੱਕ ਸਿੱਖਿਆ ਸਾਨੂੰ ਗੁਰੂ ਸਾਹਿਬ ਦੇ ਰਹੇ ਨੇ। ਸੋ ਮੈਨੂੰ ਜਿੰਨੀ ਇੱਕ ਸਮਝ ਸੀ ਜੀ, ਉਹ ਪੜਤਾਲ ਆਪ ਜੀ ਦੇ ਸਨਮੁਖ ਦਾਸ ਨੇ ਰੱਖਿਆ ਹੈ ਜੀ। ਸੋ ਹੋਈਆਂ ਬੇਨ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ, ਅਸੀਸ ਬਖਸ਼ਣੀ ਅਤੇ ਅਰਦਾਸ ਕਰਨੀ ਕਿ ਸਤਿਗੁਰ ਜੀ ਇਸੇ ਤਰ੍ਹਾਂ ਆਪਣੇ ਕੀਰਤਨ ਦੀ ਦਾਤ ਬਖਸ਼ਣ। ਸੋ ਆਪ ਜੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।